ਕਾਲੀ ਦਾ ਨਹੀਂ ਮਰਨਾ ਚਾਹੀਦਾ ਕਾਲੀ ਦਾ ਲੋੜ ਆ ਲੋਕਾਂ ਦੀ ਕਾਲੀ ਦਾ ਲੋੜ ਆ ਸਿੱਖੀ ਵਾਸਤੇ ਕਾਲੀ ਦਾ ਲੋੜ ਆ ਪੰਜਾਬੀਅਤ ਵਾਸਤੇ ਪ੍ਰਧਾਨ ਸਾਹਿਬ ਨੇ ਅਸਤੀਫਾ ਦੀ ਪਾਰਟੀ ਕੀਤੀ ਐ ਦੋਤਨ ਵਾਰੀ ਪੇਸ਼ ਕਿਸਮੈ ਨਹੀਂ ਕਹਿੰਦਾ ਨਹੀਂ ਕੀਤੀ ਐ ਪਰ ਹਾਲੇ ਸਾਨੂੰ ਕੋਈ ਬਦਲ ਵੀ ਨਹੀਂ ਦਿਸਦਾ ਕਿ ਮੂਰੇ ਬਦਲ ਲੱਭ ਜੇ ਕੋਈ ਬਦਲ ਲੱਭ ਜੇ ਤੇ ਫਿਰ ਸ਼ਾਇਦ ਉਹ ਵੀ ਹੋ ਜੇ ਰਾਜ ਭਾਗ ਦੇ ਕਰਦਿਆਂ ਮੈਨੂੰ ਲੱਗਦਾ ਕਿ ਤੇ ਗਲਤੀਆਂ ਵੀ ਜੇ ਹੋਈਆਂ ਉਹਦੇ ਲਈ ਵੀ ਸਾਨੂੰ ਮੰਨਣਾ ਚਾਹੀਦਾ ਜੇ ਕਿਤੇ ਗਲਤੀਆਂ ਹੋਈਆਂ ਸਾਨੂੰ ਉਹਨੂੰ ਮੰਨ ਕੇ ਸੰਗਤ ਦੇ ਅੱਗੇ ਰੱਖ ਦੇਣੀਆਂ ਚਾਹੀਦੀਆਂ ਉਹਦੇ ਲਈ ਸੰਗਤਾਂ ਤੋਂ ਕਿਵਾਂ ਵੀ ਮੰਗ ਲੈਣੀ ਚਾਹੀਦੀ ਕੋਈ ਮਾੜੀ ਗੱਲ ਨਹੀਂ ਹੁੰਦੀ ਇੰਨਾ ਕੰਮ ਕੀਤਾ ਇੰਨਾ ਦਿਲਚਸਪੀ ਲਈ ਹੈ ਇੰਨਾ ਲੋਕਾਂ ਦੀ ਸੇਵਾ ਕੀਤੀ ਹੈ 5 ਸਾਲ ਪਿੱਕੇ ਨਹੀਂ ਵੇਖਿਆ ਲੋਕਾਂ ਦਾ ਕੋਈ ਗਮੀ ਖੁਸ਼ੀ شادی ਛੱਡੀ ਨਹੀਂ ਹੈਗੀ ਤੇ ਲੋਕ ਬੋਤਾ ਐਂ ਪਾਉਂਦੇ ਆ ਕੋਈ ਪੈਸੇ ਮੰਗੀ ਜਾਂਦਾ ਕੋਈ ਸ਼ਰਾਬ ਮੰਗੀ ਜਾਂਦਾ ਤੁਸੀਂ ਤੁਹਾਡੇ ਤੋਂ ਮੰਗੇ ਮੈਂ ਆਪੁਤੀ ਕਰਨੀ ਕਰਦਾ ਮੈਂ ਕਿਸੇ ਤੋਂ ਹੋਰ ਨਹੀਂ ਕਰਦਾ ਬੋਟਾ ਵਿਕਦੀਆਂ ਨੇ ਲੋਕੀ ਵਿਕਦੇ ਨੇ ਕੋਈ 1000 ਨੂੰ ਵਿਕਦਾ ਕੋਈ 1500 ਨੂੰ ਵਿਕਦਾ ਕੋਈ 2000 ਨੂੰ ਵਿਕਦਾ ਕੋਈ ਸ਼ਰਾਬ ਦੀ ਬੋਤਲ ਤੇ ਵਿਕਦਾ ਵਿਕਦੇ ਤਾਂ ਹੈਗੇ ਨੇ ਕਿਸੇ ਪਿੰਡ ਮੈਨੂੰ ਕਿਸੇ ਨੇ ਲਾਂਭਾ ਨਹੀਂ ਦਿੱਤਾ ਕਿਸੇ ਪਿੰਡ ਮੈਨੂੰ ਸ਼ਿਕਾਇਤ ਨਹੀਂ ਕੀਤੀ ਕੋਈ ਸਾਰੇ ਖੁਸ਼ੀ ਖੁਸ਼ੀ ਮਿਲਦੇ ਸੀ ਬੇਫਿਕਰ ਹੋ ਜੀ ਬੋਟਾ ਤੁਹਾਨੂੰ ਪਹਿਣ ਗਿਆ ਤੇ ਉਸ ਤੋਂ ਫਿਰ ਲੱਗਦਾ ਹੁੰਦਾ ਵੀ ਠੀਕ ਹੈ ਭਗਵਾਨਤਮਾਨ ਦੇ ਤਾਂ ਵਿਚਾਰੇ ਦੇ ਚਾਬੀ ਕਿਤੋਂ ਹੋਰ ਚਲਦੀ ਆ ਆਪਦੇ ਵਾਸੀ ਨਹੀਂ ਹੈਗਾ ਉਹਦੇ ਤਾਂ ਪਹਿਲਾਂ ਜਿਹੜੇ ਸਾਨੂੰ ਠੇਡਾ ਕਰਦੇ ਕਹਿੰਦੇ ਹੁੰਦੇ ਸੀ ਇਹਨਾਂ ਨੇ ਠੱਗੀ ਮਰਵਾਤੀ ਜੀ ਤੇ ਨਾ ਆ ਥਰਮਲਾਂ ਦੀ ਮਹਿੰਗੀ ਬਿਜਲੀ ਲੈ ਲਈ 3 ਰੁਪਏ ਵਾਲੀ ਤੋਂ ਮਹਿੰਗੀ ਰੱਖਦੇ ਸੀ ਤੇ ਅੱਜ 17 17 ਰੁਪਏ ਲੈ ਰਹੇ ਆ 5 ਸਾਲ ਕਿਸੇ ਨੇ ਪੈਸੇ ਨਹੀਂ ਕੀਤੀ ਬਿਜਲੀ ਅੱਜ 17 ਰੁਪਏ ਖਰੀਦਦੇ ਆ ਬਾਈ ਜੀ ਇਹ ਰਹਿਤਾ ਦੇ ਕੇ ਤਾਂ ਲੋਕਾਂ ਨੂੰ ਖਿਆਰੇ ਜਿ ਬਣਾਉਣ ਵਾਲੀ ਗੱਲ ਆ ਮੰਗ ਤੇ ਜਿ ਬਣਾਉਣ ਵਾਲੀ ਗੱਲ ਲੋਕੀ ਝਾਕੀ ਜਾਣ ਨੂੰ ਕਹਿੰਦੀ ਹੁਣ ਜੀ ਸਾਨੂੰ ਮਹੀਨੇ ਦਾ ਰਾਸ਼ਨ ਦੇਣਗੇ ਜੀ ਐਰ ਕੀ ਆਇਆ ਨੇ ਜੀ ਭੁੱਖੇ ਮਰਦੇ ਆ ਜੀ ਸਾਨੂੰ ਅੰਦੇਗਾ 'ਚ ਕੰਮ ਮਿਲਿਆ ਨਹੀਂ ਜੀ ਅਸੀਂ ਬੜੇ ਔਖੇ ਆ ਜੀ ਸਾਨੂੰ ਤਾਂ ਸਾਰੇ ਪੂਰੇ ਇਤ ਬਲਕਾਰ ਸਿੰਘ ਆਪ ਆਦੀਪਾਕ ਪੀ ਫਿਰ ਕਾਂਗਰਸ ਪਾਰਟੀ ਚਲੇ ਗਿਆ ਉਧਰ ਐਸਐਸਪੀ ਦਾ ਮੈਂਬਰ ਰਿਹਾ 8 ਦਿਨ ਪਹਿਲਾਂ ਆ ਕੇ ਆਮ ਆਦਮੀ ਪਾਰਟੀ ਤੋਂ ਟਿਕਟ ਲੈ ਲਈ ਫਿਰ ਆਮ ਆਦਮੀ ਪਾਰਟੀ ਦਾ ਕਰੈਕਟਰ ਹਿੱਲਿਆ ਹੋਇਆ ਕਿ ਇਹਨਾਂ ਦਾ ਹਿੱਲਿਆ ਇੱਕ ਤਾਂ ਕਿਸੇ ਦਾ ਬਦਲੇ ਹੋ ਤੁਸੀਂ ਐਕਟਿਵ ਪੋਲਿਟਿਕਸ ਤੋਂ ਪਾਸੇ ਹੋ ਮੈਂ ਹਲੇ ਤੱਕ ਵੇਖੋ ਹਲੇ ਤੱਕ ਹੁਣ ਸਾਡੇ ਤਾਂ ਸਾਨੂੰ ਲੋਕਾਂ ਨਹੀਂ ਪਾਸੇ ਕਰਤਾ ਅਸੀਂ ਕੀ ਪਾਸੇ ਹੋਣਾ ਸਸਿਕਾ ਜੀ ਸਵਾਗਤ ਕਰਦੇ ਆ ਤੁਹਾਡਾ ਅੱਜ ਹਾਜ਼ਰ ਹੋਏ ਆ ਰਾਜਨੀਤੀ ਦੀਆਂ ਗੱਲਾਂ ਬਾਤਾਂ ਕਰਾਂਗੇ ਪੋਲਿਟਿਕਲ ਟਾਕ ਸ਼ੋਅ ਦੇ ਵਿੱਚ ਅਕਸਰ ਹੀ ਜੇ ਅਸੀਂ ਰਾਜ ਨੇਤਾਵਾਂ ਦੀ ਗੱਲ ਕਰਦੇ ਆ ਹਰ ਬੰਦੇ ਦੇ ਵਿੱਚ ਬਹੁਤ ਕੁਝ ਚੰਗਾ ਵੀ ਹੁੰਦਾਗਾ ਬਹੁਤ ਕੁਝ ਮਾੜਾ ਵੀ ਹੁੰਦਾਗਾ ਉਹਨੂੰ ਬਹੁਤ ਪੱਖਾਂ ਤੋਂ ਦੇਖਿਆ ਜਾਂਦਾਗਾ ਵਿਰੋਧੀ ਹਮੇਸ਼ਾ ਨਿੰਦਿਆ ਕਰਦੇ ਨੇ ਤੇ ਆਪਣੇ ਸਲਾਹਤਾ ਵੀ ਕਰਦੇ ਨੇ ਬੜਾ ਕੁਝ ਚੱਲਦਾਗਾ ਅਸੀਂ ਇਸ ਪ੍ਰੋਗਰਾਮ ਦੇ ذریعے ਜਿੰਨਾ ਰੈਣੀ ਤਾਵਾਂ ਦੇ ਕੋਲ ਜਾ ਰਹੇ ਹਾਂ ਜਿੰਨਾ ਪੋਲੀਟਿਕਲ ਲੀਡਰਾਂ ਦੇ ਕੋਲ ਜਾ ਰਹੇ ਹਾਂ ਉਹਨਾਂ ਦੀ ਸੰਘਰਸ਼ਪ੍ਰੀ ਜਿਹੜੀ ਜ਼ਿੰਦਗੀ ਰਹੀ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਈ ਵੀਰ ਭੈਣ ਭਰਾ ਵੀ ਸੋਚਣਗੇ ਵੀ ਕੀ ਲੀਡਰਾਂ ਦਾ ਵੀ ਸੰਘਰਸ਼ ਹੁੰਦਾਗਾ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਨਬਜ਼ ਫੜਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਿਆ ਦੇ ਵਿੱਚ ਦਿਲ ਧੜਕਦਾਗਾ ਤੇ ਜਿਹੜੇ ਕੁਝ ਸਵਾਲ ਨੇ ਲੋਕਾਂ ਦੇ ਉਹ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਵੱਡਾ ਬਦਲਾਵ ਹੋਇਆਗਾ ਸੱਤਾ ਬਦਲੀ ਆ ਇੱਕ ਨਵੀਂ ਸਰਕਾਰ ਆਈ ਆ ਖਾਸ ਕਰਕੇ ਜੇ ਉਹਨਾਂ ਪਾਰਟੀਆਂ ਦੀ ਅਸੀਂ ਗੱਲ ਕਰਦੇ ਆ ਜਿਹੜੀਆਂ ਪਾਰਟੀਆਂ ਰਾਜ ਕਰਦੀਆਂ ਇਨਾ ਪੰਜਾਬ ਦੇ ਉੱਤੇ ਉਹਨਾਂ ਨੂੰ ਪਾਸੇ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਚਿਹਰਾ ਉਹਨਾਂ ਨੂੰ ਮੰਨਿਆਗਾ ਮੁੱਖ ਮੰਤਰੀ ਬਣੇ ਨੇ ਭਗਵੰਤ ਸਿੰਘ ਮਾਨ ਇਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਇਸ ਸਪੈਸ਼ਲ ਮੁਲਾਕਾਤ ਦੇ ਵਿੱਚ ਇਸ ਖਾਸ ਮੁਲਾਕਾਤ ਦੇ ਵਿੱਚ ਹਾਜ਼ਰ ਰਹਿਣਗੇ ਸਾਬਕਾ ਮੰਤਰੀ ਰਹੇ ਸਿਕੰਦਰ ਸਿੰਘ ਮਲੂਕਾ ਮਲੂਕਾ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਮਲੂਕਾ ਸਾਹਿਬ ਸਭ ਤੋਂ ਪਹਿਲਾਂ ਤਾਂ ਜੇ ਤੁਹਾਡੇ ਬਚਪਨ ਦੀ ਗੱਲ ਕਰੀਏ ਜੀ ਬਚਪਨ ਦੇ ਵਿੱਚ ਕੀ ਨਿਸ਼ਾਨਾ ਸੀ ਮਾਤਾ ਪਿਤਾ ਦਾ ਜਾਂ ਤੁਹਾਡਾ ਕੀ ਨਿਸ਼ਾਨਾ ਸੀ ਜਦੋਂ ਪੜ੍ਹਦੇ ਸੀ ਕਬੱਡੀ ਵੀ ਖੇਡਦੇ ਰਹੇ ਹੋ ਉਹਦੇ ਬਾਰੇ ਵੀ ਝਾਤ ਮਾਰਾਂਗੇ ਇੱਕ ਗੱਲਬਾਤ ਕਰਾਂਗੇ ਪਰ ਬਚਪਨ ਦੇ ਵਿੱਚ ਕੁਝ ਸੀਗਾ ਨਿਸ਼ਾਨਾ ਵੇਖੋ ਜਦੋਂ ਛੋਟੇ ਹੁੰਨੇ ਆ ਉਦੋਂ ਤਾਂ ਕੋਈ ਬਹੁਤੇ ਨਿਸ਼ਾਨੇ ਨਹੀਂ ਹੁੰਦੇ ਉਦੋਂ ਤਾਂ ਹੁੰਦਾ ਵੀ ਪੜਨ ਜਾਣਾ ਤੇ ਮਾਪਿਓ ਦੀ ਡਿਊਟੀ ਹੁੰਦੀ ਹੈ ਮ ਆਪਣੇ ਜੀ ਅਸੀਂ ਤਿੰਨ ਭੈਣ ਭਰਾ ਤਿੰਨ ਭਰਾ ਸੀ ਇੱਕ ਭੈਣ ਸੀ ਸਾਡੇ ਸਾਰੇ ਅਸੀਂ ਪੜ੍ਹਦੇ ਸੀਗੇ ਇੱਕ ਮੈਥੋਂ ਵੱਡਾ ਇੱਕ ਮੈਥੋਂ ਛੋਟਾ ਸਾਰੇ ਪੜ੍ਹਨ ਲੱਗੇ ਸੀ ਸਾਰੇ ਪੜ੍ਹਦੇ ਹੁੰਦੇ ਸੀ ਬਾਪੂ ਜੀ ਸਾਡੇ ਅਣਪੜ੍ਹ ਸੀਗੇ ਖੇਤੀਬਾੜੀ ਦਾ ਧੰਦਾ ਕਰਦੇ ਸੀ ਧਾਰਮਿਕ ਇਨਸਾਨ ਸਨ ਸੋ ਉਸ ਵੇਲੇ ਤਾਂ ਨਹੀਂ ਸੀਗਾ ਫਿਰ ਸਕੂਲ ਦੇ ਵਿੱਚ ਜਦੋਂ ਪੜ੍ਹਦੇ ਸੀਗੇ ਦਸਵੀਂ ਦੇ ਵਿੱਚ ਪੜ੍ਹਦੇ ਪੜ੍ਹਦੇ ਗਏ ਕਬੱਡੀ ਦਾ ਮੈਨੂੰ ਸ਼ੁਰੂ ਤੋਂ ਸ਼ੌਕ ਸੀਗਾ ਮੈਂ 6ਵੀਂ 7ਵੀਂ 8ਵੀਂ 9ਵੀਂ 10ਵੀਂ ਪਹਿਲਾਂ ਮਿਡਲ ਸਕੂਲ ਦੇ ਵਿੱਚ ਕਬੱਡੀ ਦਾ ਮੈਂ ਕੈਪਟਨ ਰਿਹਾ ਫਿਰ ਮੈਂ ਬਾਜਖਾਨੇ ਪੜਦਾ ਸੀ ਦਸਵੀਂ ਦੇ ਵਿੱਚ ਉੱਥੇ ਸਕੂਲ ਦਾ ਕੈਪਟਨ ਰਿਹਾ ਤੇ ਸਾਡੇ ਵੇਲੇ ਜਿਹੜਾ ਅਸੀਂ ਸੀਗਾ ਬਠਿੰਡਾ ਡਿਸਟ੍ਰਿਕਟ ਸੀਗਾ ਜਿਹੜਾ ਉਦੋਂ ਮਾਨਸਾ ਵੀ ਸਾਡੇ ਵਿੱਚ ਹੀ ਹੁੰਦਾ ਸੀਗਾ ਤੇ ਫਰੀਦਕੋਟ ਇਕੱਠਾ ਹੀ ਜ਼ਿਲ੍ਹਾ ਹੁੰਦਾ ਸੀ ਉਦੋਂ ਅਸੀਂ ਇੰਡੀਆ ਜਿਹੜਾ ਹੈਗਾ ਸਾਰਾ ਦਿੱਤੇ ਸੀਗੇ ਬਠਿੰਡੇ ਜ਼ਿਲ੍ਹੇ ਵੱਲੋਂ ਕਬੱਡੀ ਦੇ ਵਿੱਚ ਉਦੋਂ ਨੈਸ਼ਨਲ ਸਟਾਈਲ ਸਕੂਲਾਂ ਦੀ ਗੇਮ ਜਿਹੜੀ ਹੁੰਦੀ ਸੀ ਉਦੋਂ ਤੋਂ ਲੈ ਕੇ ਕਬੱਡੀ ਨਾਲ ਤਾਂ ਫਿਰ ਮੇਰਾ ਪਿਆਰ ਬਣਾਈ ਰਿਹਾ ਖੇਡਦੇ ਰਹੇ ਕਰਦੇ ਰਹੇ ਅੱਗੇ ਵਧਦੇ ਰਹੇ ਤੇ ਜਿਹੜੀ ਉਦੋਂ ਬਾਅਦ ਫਿਰ ਕਬੱਡੀ ਦਾ ਜਿਹੜਾ ਕੋਸਾਇਆ ਤੁਹਾਡੇ ਸਾਹਮਣੇ ਆ ਜੀ ਉਸ ਵੇਲੇ ਪੜ੍ਹਦੇ ਹੁੰਦੇ ਆ ਮੇਰੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਉਹਦੋਂ ਸਕੂਲ ਨਹੀਂ ਸੀ ਹੁੰਦੇ ਨੇੜੇ-ਨੇੜੇ ਕਿਤੇ ਵੀ ਬੜੇ ਘੱਟ ਸਕੂਲ ਹੁੰਦੇ ਸੀ ਹਰੇਕ ਪਿੰਡਾ ਚ ਕਿਸੇ 10-10 12-12 ਕਿਲੋਮੀਟਰ ਪੜਨ ਜਾਣਾ ਪੈਂਦਾ ਤੇ ਗ ਰਸਤੇ ਵੀ ਕੱਚੇ ਹੁੰਦੇ ਸੀ ਪੱਕੇ ਰਸਤੇ ਨਹੀਂ ਸੀ ਹੁੰਦੇ ਤੇ ਉਹਨਾਂ ਕੱਚੇ ਰਸਤਿਆਂ ਦੇ ਉੱਤੇ ਜਾਣਾ ਹੁੰਦਾ ਈਵਨ ਜਾਣਾ ਵੀ ਜਾਂ ਤੁਰਕੇ ਹੁੰਦਾ ਜਾਂ ਸਾਈਕਲਾਂ ਤੇ ਹੁੰਦਾ ਜਿਹੜੇ ਚੰਗੇ ਘਰਾਂ ਦੇ ਬੱਚੇ ਸੀ ਉਹਨਾਂ ਨੂੰ ਸਾਈਕਲ ਮਿਲ ਜਾਂਦੇ ਸੀਗੇ ਬਾਕੀ ਵਿਚਾਰੇ ਤੁਰਕੇ ਜਾਂਦੇ ਹੁੰਦੇ ਸੀ ਮਾਸਟਰ ਵੀ ਤਕਰੀਬਨ 90% ਸਾਈਕਲਾਂ ਦੇ ਉੱਤੇ ਜ਼ਿਆਦਾ ਹੁੰਦੇ ਹੁੰਦੇ ਸੀਗੇ ਮੋਟਰਸਾਈਕਲ ਵੀ ਰਿਆਰੀ ਲੋਕਾਂ ਕੋਲੇ ਹੁੰਦੇ ਸੀਗੇ ਜੀ ਤੇ ਮਾਸਟਰਾਂ ਕੋਲੇ ਵੀ ਨਹੀਂ ਹੁੰਦੇ ਸੀ ਕਿਸੇ ਕੋਲੇ ਸੋ ਉਸ ਵੇਲੇ ਇਹੋ ਜਿਹਾ ਸਿਸਟਮ ਸੀਗਾ ਫਿਰ ਵੀ ਜਾਂਦੇ ਪੜਦੋਂ ਮੇਰੇ ਮਨ ਦੇ ਵਿੱਚ ਆਉਂਦਾ ਵੀ ਯਾਰ ਸਾਡੇ ਪਿੰਡ ਵੀ ਸਕੂਲ ਹੋਣਾ ਚਾਹੀਦਾ ਹੈ ਪੜਨ ਵਾਸਤੇ ਇੰਨੀ ਦੂਰ ਆਉਨੇ ਆ ਸੀ 10 ਕਿਲੋਮੀਟਰ ਤੇ ਸਾਡੇ ਪਿੰਡ ਵੀ ਸੜਕ ਹੋਣੀ ਚਾਹੀਦੀ ਹੈ ਸਾਡੇ ਪਿੰਡ ਵੀ ਬਿਜਲੀ ਹੋਣੀ ਚਾਹੀਦੀ ਹੈ ਉਦੋਂ ਕਿਤੇ ਕਿਤੇ ਬਿਜਲੀ ਸੀਗੀ ਤੇ ਕਿਤੇ ਕਿਤੇ ਸਕੂਲ ਸੀਗਾ ਤੇ ਸੜਕਾਂ ਵੀ ਬੜੀਆਂ ਘੱਟ ਸੀ ਵੱਡੀਆਂ ਸੜਕਾਂ ਸੀ ਲਿੰਕ ਰੋਡ ਨਹੀਂ ਸੀ ਉਦੋਂ ਬਹੁਤੀਆਂ ਬੜੀਆਂ 67 68 ਦੇ ਵਿੱਚ ਸ਼ੁਰੂ ਹੋ ਜਾਂ ਕੇ ਲਿੰਕ ਰੋਡਾਂ ਮੇਰੇ ਮਨ ਦੇ ਵਿੱਚ ਉਸ ਵੇਲੇ ਗੱਲ ਆਈ ਸੀਗੀ ਇਹ ਚੱਲੀ ਕਿ ਇੱਕ ਮੇਰੇ ਮਨ ਦੇ ਵਿੱਚ ਪੜਦੇ ਵਿੱਚ ਹੁੰਦਾ ਕਿ ਮੈਂ ਯਾਰ ਪਿੰਡ ਦਾ ਸਰਪੰਚ ਬਣਨਾ ਪਿੰਡ ਦਾ ਸਰਪੰਚ ਜੇ ਮੈਂ ਬਣ ਗਿਆ ਫਿਰ ਪਿੰਡ ਦੇ ਬਹੁਤ ਕੰਮ ਕਰਾਉਣੇ ਆ ਮੈਂ ਇਹ ਸਾਰੀਆਂ ਜਿਹੜੀਆਂ ਦਸੀਆਂ ਮੈਂ ਤੁਹਾਨੂੰ ਗੱਲਾਂ ਵੀ ਮੈਂ ਪਿੰਡਾਂ ਦੇ ਵਿੱਚ ਕਰਾਉਣੀਆਂ ਨੇ ਸੋ ਕੁਦਰਤੀ ਹਾਲਾਤ ਇਹੋ ਜੇ ਬਣ ਗਏ ਕਿ ਸਾਡੇ ਬਾਪੂ ਜੀ ਕਹਿੰਦੇ ਵੀ ਹੁਣ ਮੈਥੋਂ ਨਹੀਂ ਖੇਤੀ ਹੁੰਦੀ ਜ਼ਿਆਦਾ ਤੁਸੀਂ ਹੁਣ ਇੱਕ ਜਣਾ ਪੜ੍ਹਾਈ ਛੱਡ ਦਿਓ ਜਿਹੜਾ ਮਰਜ਼ੀ ਛੱਡ ਲੋ ਰਹਿ ਕਰਕੇ ਹਮ ਮੈਥੋਂ ਵੱਡਾ ਤੇ ਮੈਂ ਉਹਨਾਂ ਅਸੀਂ ਰਹਿ ਕੀਤੀ ਵੀ ਭਾਈ ਆਪਣੇ ਚ ਇੱਕ ਜਣਾ ਹੜ ਜੀਏ ਛੋਟੇ ਨੂੰ ਪੜ੍ਹ ਲੈਣ ਦੀ ਤੇ ਭੈਣ ਸਾਥੋਂ ਸਾਰਿਆਂ ਤੋਂ ਛੋਟੀ ਸੀਗੀ ਉਹ ਮੈਨੂੰ ਕਹਿੰਦਾ ਵੀ ਮੈਂ ਤਾਂ ਪੜ੍ਹਾਂਗਾ ਤੂੰ ਹਟਣਾ ਤਾਂ ਹਟ ਜਾ ਤੇਰੀ ਮਰਜ਼ੀ ਹੈ ਮੈਂ ਤਾਂ ਪੜਾਈ ਕਰਾਂਗਾ ਚਲੋ ਮੈਂ ਕਿਹਾ ਵੀ ਠੀਕ ਆ ਹੁਣ ਜੋ ਬਾਪੂ ਜੀ ਨੇ ਕਿਹਾ ਉਹ ਨਾਲ ਖੇਤੀ ਦੇ ਵਿੱਚ ਚੱਲਣਾ ਹੀ ਪਏਗਾ ਹੁਣ ਸੋ ਮੈਂ ਉਸ ਵੇਲੇ ਫਿਰ ਉਸਦੇ ਨਾਲ ਖੇਤੀ ਦੇ ਵਿੱਚ ਆ ਗਿਆ ਤੇ ਨਾਲ ਸਿਆਸਤ ਦੀ ਵੀ ਮੈਨੂੰ ਲੜਕੀ ਜੀ ਲੱਗੀ ਥੋੜੀ ਥੋੜੀ ਪਹਿਲਾਂ ਵੀ ਮਨ ਦੇ ਵਿੱਚ ਸੀਗਾ ਚਾਹ ਥੋੜੀ ਥੋੜੀ ਲੱਗ ਗਈ ਤੇ ਜਿਹੜਾ ਮੇਰੇ ਚਾਹ ਸੀਗਾ ਚਾਹੇ ਸਰਪੰਚ ਬਣਨ ਦਾ ਚਾਹੇ ਸਿਆਸਤ ਦੇ ਵਿੱਚ ਆਉਣ ਦਾ ਸਮਝ ਲਓ ਵੀ ਖੇਤੀ ਇਹ ਮੇਰਾ ਤਕਰੀਬਨ ਪੂਰਾ ਹੋ ਗਿਆ ਕੋਈ ਬੜਾ ਟਾਈਮ ਨਹੀਂ ਲੱਗਿਆ ਪਹਿਲਾਂ ਮੈਨੂੰ ਪਿੰਡ ਦੀ ਸਾਡੀ ਪੰਜ ਛੇ ਪਿੰਡਾਂ ਦੀ ਸਾਂਝੀ ਕੋਆਪਰੇਟਿਵ ਸੋਸਾਇਟੀ ਸੀਗੇ ਉਹਦਾ ਪ੍ਰਧਾਨ ਬਣਾਇਆ ਪਿੰਡ ਦੇ ਲੋਕਾਂ ਨੇ ਬੜੀ ਛੋਟੀ ਉਮਰ ਸੀ ਤੇ ਫਿਰ ਛੋਟੀ ਉਮਰ 'ਚ ਥੋੜੇ ਚਿਰ ਬਾਅਦ ਮੈਨੂੰ ਸਰਪੰਚ ਬਣਾਤਾ ਪਿੰਡ ਦਾ ਜਿਹੜਾ ਕਿ ਮੇਰੇ ਮਨ ਦਾ ਸੁਪਨਾ ਸੀ ਸਰਪੰਚ ਬਣਨਾ ਉਹ ਪੂਰਾ ਹੋ ਗਿਆ ਫਿਰ ਮੇਰੀ ਸਰਪੰਚੀ ਦੇ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ 77 ਦੇ ਵਿੱਚ ਉਦੋਂ ਪਹਿਲਾਂ ਮੈਨੂੰ ਸਿਆਸਤ ਦੇ ਵਿੱਚ ਕਿਉਂਕਿ ਚਟਕ ਚਟਕ ਲੱਗੀ ਸੀਗੀ ਨਾਲ ਮਰੀ ਮੁੱਟੀ ਮਖਬਾਰ ਖ਼ਬਰ ਉਹ ਤੋਂ ਪੜਦਾ ਹੁੰਦਾ ਅਖਬਾਰ ਉਹ ਤੋਂ ਡਾਕ 'ਚ ਹੀ ਆਉਂਦੇ ਤੀਜੇ ਦਿਨ ਪਿੰਡ 'ਚ ਅਖਬਾਰ ਆਉਂਦਾ ਹੁੰਦਾ ਸੀ ਕੋਈ ਬਹੁਤੇ ਨਹੀਂ ਸੀ ਸਾਧਨ ਚੰਗੇ ਨਹੀਂ ਸੀਗੇ ਤੇ ਮੈਨੂੰ ਅਮਰਜੈਂਸੀ ਦੇ ਵਿੱਚ ਪਹਿਲਾ ਤਜਰਬਾ ਹੋਇਆ ਕਿ ਸਾਨੂੰ ਅਮਰਜੈਂਸੀ ਜੇਲ੍ਹ ਦੇ ਵਿੱਚ ਜਿਹੜਾ ਅਕਾਲੀ ਦਲ ਨੇ ਮੋਰਚਾ ਲਾਇਆ ਸੀਗਾ ਅਮਰਜੈਂਸੀ ਦੇ ਖਿਲਾਫ ਉਹਦੇ 'ਚ ਜੇਲ੍ਹ ਯਾਤਰਾ ਕਰਨੀ ਪਈ ਛੋਟੀ ਉਮਰ ਦੇ ਵਿੱਚ ਹੂੰ ਉਦੋਂ ਬਾਅਦ ਆਏ ਬੜੀ ਵੱਡੀ ਹਨੇਰੀ ਆਈ ਸੈਂਟਰ ਦੇ ਵਿੱਚ ਵੀ ਸਰਕਾਰ ਬਦਲ ਗਈ ਪੰਜਾਬ ਦੇ ਵਿੱਚ ਵੀ ਸਰਕਾਰ ਬਦਲ ਗਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ ਸਰਦਾਰ ਬਲਵਿੰਦਰ ਸਿੰਘ ਭੁੰਦੜ ਦਾ ਮੇਰੀ ਨੇੜਤਾ ਸੀ ਜਿਲਾ ਹੋਗੇ ਸੀ ਸਾਡੇ ਤੇ ਫਿਰ ਉਹਨਾਂ ਦੇ ਉਹ ਖੇਤੀਬਾੜੀ ਮੰਤਰੀ ਬਣ ਗਏ ਤੇ ਉਹਨਾਂ ਦੇ ਹੁਣ ਨੇੜੇ ਹੋਣ ਨਾਲ ਬਾਲ ਸਾਹਿਬ ਦੇ ਨੇੜੇ ਹੁਣ ਦਾ ਮੌਕਾ ਮਿਲ ਗਿਆ ਕੁਝ ਉਹਨਾਂ ਦਾ ਫਿਰ ਥੋੜੇ ਚਿਰ ਬਾਅਦ ਹੀ ਲੈਂਡਮਾਰਕ ਚ ਬੈਂਕ ਦੀਆਂ ਚੋਣਾਂ ਆਈਆਂ ਉਹਦੇ ਵਿੱਚ ਮੈਂ ਪਹਿਲਾਂ ਆਰਾਮਪੁਰੇ ਦਾ ਡਾਇਰੈਕਟਰ ਚੁੜਿਆ ਗਿਆ ਫਿਰ ਸਟੇਟ ਪੰਜਾਬ ਦਾ ਡਾਇਰੈਕਟਰ ਚੁੜਿਆ ਗਿਆ ਫਿਰ ਮੈਂ ਚੇਅਰਮੈਨ ਬਣ ਗਿਆ ਉੱਥੇ ਪੰਜਾਬ ਦਾ ਜਦੋਂ ਕੋਈ ਸਟੇਟ ਦਾ ਚੇਅਰਮੈਨ ਬਣਦੇ 27-28 ਸਾਲ ਦੀ ਉਮਰ ਸੀਗੀ ਉਦੋਂ ਮੇਰੀ ਸਾਰੀ ਜੀ ਤੇ ਫਿਰ ਉਹ ਮੁੱਖ ਮੰਤਰੀ ਦੇ ਨੇੜੇ ਹੋਣ ਦਾ ਹੋਰ ਮੌਕਾ ਮਿਲ ਜਾਂਦਾ ਥੋੜਾ ਜਿਹਾ ਤੇ ਨਾਲ ਦੂਜੇ ਵਜ਼ੀਰ ਲੀਡਰਾਂ ਦਾ ਜਾਣ ਪਛਾਣ ਹੋ ਜਾਂਦੀ ਕਿਉਂਕਿ ਫਿਰ ਸਟੇਟ ਲੈਵਲ ਤੇ ਇੱਕ ਥੋੜੀ ਬਾਕਫੀਅਤ ਬਣ ਜਾਂਦੀ ਹੈ ਜੀ ਤੇ ਮੈਂ ਫਿਰ ਉਹਦੇ ਵਿੱਚ ਬਾਲ ਸਾਹਿਬ ਨੂੰ ਕਹਿ ਕੇ ਆਪਣੇ ਪਿੰਡ ਫੋਕਲ ਪੈਂਡ ਬਣਵਾਇਆ ਹੂੰ ਇਹ ਇੱਥੇ ਜਿਹੜੇ ਕਿਹੜੇ ਸਨ ਦੀ ਗੱਲ ਹੈ ਇਹ 78 ਦੀ ਗੱਲ ਹੈ ਹੂੰ 78 'ਚ ਸਾਡੇ ਫੋਕਲ ਪੈਂਡ ਬਣ ਗਏ ਤੇ ਸਾਰੀਆਂ ਸਹੂਲਤਾਂ ਹੀ ਆ ਗਈਆਂ ਹੂੰ ਉਹਦੇ ਵਿੱਚ ਸਾਡਾ ਸਮਝ ਲਾ ਵੀ ਸੜਕ ਵੀ ਆ ਗਈ ਬੈਂਕ ਵੀ ਆ ਗਿਆ ਬੰਦਿਆਂ ਦਾ ਹਸਪਤਾਲ ਵੀ ਆ ਗਿਆ ਪਸ਼ੂਆਂ ਦਾ ਹਸਪਤਾਲ ਵੀ ਆ ਗਿਆ ਅ ਇਥੇ ਕੋਪਰਸਿਟੀ ਦਾ ਦਫਤਰ ਗੜਾਉਣ ਵੀ ਆ ਗਿਆ ਜਣੀ ਸਾਰੀਆਂ ਜਿਹੜੀਆਂ ਮੋਢੀਆਂ ਸਹੂਲਤਾਂ ਸੀ ਲੋਕਾਂ ਨੂੰ ਇਹ 1978 ਚ ਮਲੂਕੇ ਪਿੰਡ ਚ ਆ ਗਿਆ ਮਲੂਕੇ ਪਿੰਡ ਚ ਸਾਰੀਆਂ ਆ ਗਈਆਂ ਸੀ ਤੇ ਸੜਕ ਵੀ ਸੜਕ ਤਾਂ ਉਹ ਤੋਂ ਪਹਿਲਾਂ ਹੀ ਆ ਗਈ ਸੀ ਜੀ ਸੜਕ ਉਹ ਤੋਂ ਪਹਿਲਾਂ ਅਸੀਂ ਕੋਈ 70 71 ਦੇ ਵਿੱਚ ਬਣਵਾ ਲਈ ਸੀ ਕਿਹ ਕਿਹ ਲਿੰਕ ਰੋਡ ਕੋਠੇ ਤੋਂ ਮਲੂਕੇ ਤੱਕ ਹੀ ਸਿਰਫ ਇਹ ਨਹੀਂ ਸੀ ਤੇ ਬਾਕੀ ਚੀਜ਼ਾਂ ਪੱਕੀ ਅਨਾਜ ਮੰਡੀ ਇਥੇ ਸਮਝ ਲਾ ਵੀ ਬਿਜਲੀ ਦਾ ਦਫਤਰ ਹੋ ਗਿਆ ਜੀ ਪਸ਼ੂਆਂ ਦਾ ਦਾ ਹਸਪਤਾਲ ਹੋ ਗਿਆ ਬੰਦਿਆਂ ਦਾ ਹੋ ਗਿਆ ਬੈਂਕ ਹੋ ਗਿਆ ਇਹ ਸਾਰੀਆਂ ਸਹੂਲਤਾਂ ਫਿਰ ਅਨਾਜ ਮੰਡੀ ਸਾਰੀਆਂ ਇਹ 78 ਦੇ ਵਿੱਚ ਬਾਦਲ ਸਾਹਿਬ ਨੇ ਜਦੋਂ ਫੋਕਲ ਪੈਂਡ ਬਣਾਇਆ ਉਦੋਂ ਆ ਗਿਆ ਫਿਰ ਉਹ 78 ਤੋਂ ਲੈ ਕੇ 80 ਤਾਈਂ ਸਰਕਾਰ ਚੱਲੀ ਉਹਦੇ ਵਿੱਚ ਪਾਰਟੀ ਦੇ ਵਿੱਚ ਵੀ ਫਿਰ ਮੈਨੂੰ ਉਹਦੇ ਜ਼ਿਲ੍ਹੇ ਦੇ ਵਿੱਚ ਮੈਨੂੰ 80 ਦੇ ਵਿੱਚ ਜਨ ਸੈਕਟਰੀ ਬਣਾਤਾ ਅਕਾਲੀ ਦਲ ਦਾ ਜੀ ਤੇ 80 ਦੇ ਵਿੱਚ ਹੀ ਮੈਨੂੰ ਕਿਸਾਨ ਬਿੰਗ ਹੈ ਜਿਹੜਾ ਸਾਡੇ ਬਠਿੰਡੇ ਜ਼ਿਲ੍ਹੇ ਦਾ ਉਹਦਾ ਮੈਨੂੰ ਪ੍ਰੈਜ਼ੀਡੈਂਟ ਬਣਾਤਾ ਜੀ ਫਿਰ 82 ਦੇ ਵਿੱਚ ਧਰਮ ਜੁੱਧ ਮੋਰਚਾ ਲੱਗ ਗਿਆ 4 ਅਗਸਤ 1982 ਨੂੰ ਫਿਰ ਮੈਂ ਧਰਮ ਜੁੱਧ ਮੋਰਚੇ ਦੇ ਵਿੱਚ ਬਾਦਲ ਸਾਹਿਬ ਦੇ ਨਾਲ ਗਿਆ ਪਹਿਲੇ ਜਥੇ ਦੇ ਵਿੱਚ ਤੇ ਸਭ ਤੋਂ ਜ਼ਿਆਦਾ ਬੰਦੇ ਸਾਡੇ ਪਿੰਡ ਦੇ ਸੀਗੇ ਇੱਥੋਂ ਦੇ ਉਸ ਵੇਲੇ ਬੰਦਾ ਤਾਂ ਜਾਦੇ ਗਿਆ ਸੀ ਪਰ 36 ਬੰਦੇ ਅਸੀਂ ਕੈਦ ਹੋਏ ਸੀਗੇ ਉਦੋਂ ਮੈਂ ਸਰਪੰਚੀ ਦੇ ਵਿੱਚ ਹੀ ਛੋਟੀ ਉਮਰ ਦੇ ਵਿੱਚ ਉਸ ਵੇਲੇ ਜਦੋਂ ਅਸੀਂ ਲੁਧਿਆਣੇ ਜੇਲ੍ਹ ਦੇ ਵਿੱਚ 3 ਮਹੀਨੇ ਇਕੱਠੇ ਰਹੇ ਬਾਲ ਸਾਹਿਬ ਦੇ ਨਾਲ ਉੱਥੇ ਹੋਰ ਨੇੜਤਾ ਹੂੰ ਕਾਫੀ ਹੋਰ ਨੇੜਤਾ ਹੋਗੀ ਉਹ ਨੇੜਤਾ ਫਿਰ ਚਲਦੀ ਚਲਦੀ ਫਿਰ ਸਿਆਖ ਦੀਆਂ ਪੌੜੀਆਂ ਚੜਦੇ ਤੁਰੇ ਗਏ ਫਿਰ ਤਾਂ ਪਿੱਛੇ ਮੁੜ ਕੇ ਨਹੀਂ ਵੇਖਿਆ ਭਾਵੇਂ ਐਮ ਐਲ ਏ ਬਣ ਦਾ ਕੋਈ ਸੁਜੋਗ ਐ ਸਾਰਿਆ ਕਿ ਟਾਈਮ ਲੇਟ ਮਿਲਿਆ ਮੌਕਾ ਪਹਿਲਾਂ 80 ਦੇ ਵਿੱਚ ਆਪਣਾ ਇੱਥੇ ਟਿਕਟ ਮੈਨੂੰ ਮਿਲ ਜਾਣੀ ਸੀ ਕਿ ਕੋਈ ਰੋਲਾ ਨਹੀਂ ਸੀਗਾ ਅਸੀਂ ਦੇ ਵਿੱਚ ਕਮਨਿਸਟਾ ਨਾਲ ਸਮਝੌਤਾ ਹੋ ਗਿਆ ਅਕਾਲੀ ਦਲ ਦਾ ਫਿਰ ਕਮਨਿਸਟਾ ਨੂੰ ਵੋਟਾਂ ਪਾਇਆ ਮਾਸਟਰ ਬਾਵਾ ਉਸ ਵੇ ਮਲ ਬਣ ਗਏ 85 ਚ ਫਿਰ ਮੈਨੂੰ ਆਇਆ ਸੀ ਕਿ ਪੱਕੀ ਆ ਟਿਕਟ ਕੋਈ ਰੌਲਾ ਹੀ ਨਹੀਂ ਹੈਗਾ ਉਦੋਂ ਤਾਂ ਸਮਝੌਤਾ ਕਮਨਿਸਟਾ ਨਾਲ ਟੁੱਟ ਗਿਆ ਸੀਗਾ ਤੇ 85 ਦੇ ਵਿੱਚ ਸੰਤ ਲੋਂਗਵਾਲ ਦੀ ਹਤਿਆ ਹੋ ਗਈ ਕੈਪਟਨ ਸਾਹਿਬ ਸਾਡੀ ਪਾਰਟੀ ਚ ਆ ਕੇ ਅਕਾਲੀ ਦਲ ਦੇ ਵਿੱਚ ਆ ਗਏ ਸੀਗੇ 84 ਤੋਂ ਬਾਅਦ ਕੈਪਟਨ ਸਾਹਿਬ ਫਿਰ ਤਲਵੰਡੀ ਸਾਹਿਬ ਉਹ ਆ ਗਏ ਜੀ ਵੀ ਮੈਂ ਉੱਥੇ ਲੜੂੰਗਾ ਤੇ ਤਲਵੰਡੀ ਸਾਹਿਬ ਉਹ ਤੋਂ ਸੁਖਦੇਵ ਸਿੰਘ ਢਿੱਲੋਂ ਲੜਦੇ ਸੀ ਸੀ ਉਹ ਆਮਪਰੇ ਦੇ ਚੌਂਣ ਉੱਥੇ ਲੜਦੇ ਹੁੰਦੇ ਸੀ ਹੋਰ ਸੀਟ ਕੋਈ ਖਾਲੀ ਨਹੀਂ ਸੀ ਰਾਮਪਰਾਇ ਖਾਲੀ ਸੀ ਇੱਕ ਸੰਤ ਲੋਂਗਵਾਲ ਦੇ ਹੱਤਿਆ ਹੋਣ ਕਰਕੇ ਬਰਨਾਲਾ ਸਾਹਿਬ ਪ੍ਰਧਾਨ ਬਣ ਕੇ ਗਰੁੱਪ ਸਾਡਾ ਬਾਦਲ ਸਾਹਿਬ ਨਾਲ ਸੀਗਾ ਥੋੜਾ ਜਿਹਾ ਉਹ ਵੀ ਫਰਕ ਪਿਆ ਫਿਰ ਵੀ ਮੈਨੂੰ ਪਾਰਲੀਮੈਂਟਰੀ ਬੋਰਡ ਸੀ ਜਿਹੜਾ ਉਹਨੇ ਸੱਦ ਕੇ ਕਿਹਾ ਵੀ ਟਿਕਟ ਥੋੜੀ ਸੀਗੀ ਪਰ ਸਾਡੀ ਮਜਬੂਰੀ ਬਣ ਗਈ ਇਹ ਜਿੱਤੇ ਹੋਏ ਐਮਐਲਏ ਢਿੱਲੋਂ ਸਾਹਿਬ ਟਿਕਟ ਨਾਮ ਦੇਣੀ ਪਊਗੀ ਹੋਰ ਕੋਈ ਸੀਟ ਹੈ ਨਹੀਂਗੀ ਤੇ ਤੁਹਾਨੂੰ ਹੀ ਦੇਣੀ ਪੜਦੀ ਸੀ ਪਰ ਹੁਣ ਅਸੀਂ ਮਜਬੂਰੀ ਹੈ ਮੈਨਾਂ ਜੀ ਕੋਈ ਨਹੀਂ ਫਿਰ ਆਪਾਂ ਢਿੱਲੋਂ ਸਾਹਿਬ ਦੀ ਮਦਦ ਕੀਤੀ ਉਹਨਾਂ ਨੂੰ ਜਿਤਾਇਆ ਇੱਥੇ ਮਿਨਿਸਟਰ ਬਣੇ ਹਲਕੇ 'ਚ ਇੱਥੇ ਸਾਡੇ 'ਚ 87 ਚੋਂ ਸਰਕਾਰ ਵੀ ਟੁੱਟ ਗਈ ਮੋਰਚੇ ਦੇ ਵਿੱਚ ਥੋੜਾ ਥੋੜਾ ਫਿਰ ਸ਼ੁਰੂ ਹੋ ਗਿਆ ਕੰਮ ਥੋੜਾ ਥੋੜਾ ਚੱਲਦਾ ਰਿਹਾ ਗ੍ਰਿਫਤਾਰੀਆਂ ਦਾ ਕਦੇ ਹੋ ਗਈਆਂ ਉਦੋਂ ਪਹਿਲਾਂ ਵੀ ਕਈ ਵਾਰੀ ਫਿਰ 82 ਤੋਂ ਬਾਅਦ ਜਦੋਂ ਕੇਰਾਂ ਸਾਰੇ ਛੱਡਦੇ ਸੀਗੇ ਉਦੋਂ ਬਾਅਦ ਵੀ ਹੋਰ ਕਈ ਵਾਰੀ ਜੇਲ੍ਹ ਯਾਤਰਾ ਜਾਣ ਦਾ ਕਦੇ ਮਹੀਨਾ ਕਦੇ 2 ਮਹੀਨੇ ਬਰਨਾਲਾ ਸਰਕਾਰ ਦੇ ਵਿੱਚ ਵੀ ਸਾਨੂੰ 1 ਮਹੀਨਾ ਮੈਨੂੰ ਜੇਲ੍ਹ ਦੀ ਯਾਤਰਾ ਕੱਟਣੀ ਪਈ ਕਿਉਂਕਿ ਜਦੋਂ ਅੱਡ ਹੋ ਗਏ ਸੀ ਬਰਨਾਲਾ ਸਾਬਨਬਾਲ ਸਾਹ ਹੋ ਰਹੀ ਉਦੋਂ ਬਾਲ ਸਾਹ ਰਾਂ ਨੂੰ ਫੜ ਲਿਆ ਸੀ ਤੇ ਨਾਲ ਮੈਨੂੰ ਵੀ ਫੜ ਲਿਆ ਸੀ ਐਵੇਂ ਇਹ ਪਟੰਡੇ ਦੇ ਮਹੀਨੇ 1 ਮਹੀਨਾ ਮੈਂ ਜੇਲ੍ਹ ਦੇ ਵਿੱਚ ਫਿਰ 99 ਦੇ ਵਿੱਚ ਮਾਨਸਾਹਬ ਜਿੱਤ ਗਏ ਹੂੰ ਬੜੀ ਢੇਰੀ ਆਈ ਮਾਨਸਾਹਬ ਦੀ ਮਾਨਸਾਹਬ ਜਿੱਤ ਗਏ ਉਦੋਂ ਲੱਗਦਾ ਸੀ ਕਿ ਕਾਲੀ ਦਲ ਦੀ ਹਾਲਤ ਬੜੀ ਪਤਲੀ ਹੋਗੀ ਜਿਵੇਂ ਹੁਣ ਗੱਲ ਆ ਹੁਣ ਉਨੀ ਪਤਲੀ ਨਹੀਂ ਜਿੰਨੀ ਉਦੋਂ ਹੋਗੀ ਸੀ ਹੂੰ ਉਦੋਂ ਤਾਂ ਇੱਕ ਸੀਟ ਨੂੰ ਛੱਡ ਕੇ ਸਾਰਿਆਂ ਤੇ ਕਾਲੀ ਦਲ ਦੀਆਂ ਜਵਾਨ ਤਾਂ ਹੀ ਜਬਤ ਹੋ ਗਈਆਂ ਸੀ ਹੂੰ 99 ਦੇ ਵਿੱਚ ਤੇ ਜਿਹੜੇ ਮਾਨਦਲ ਦੇ ਬੰਦੇ ਸਾਰੇ ਜਿੱਤ ਗਏ ਸੀ ਪਰ ਹੌਲੀ ਹੌਲੀ ਮਾਨਦਲ ਖਿਲਰਨਾ ਸ਼ੁਰੂ ਹੋ ਗਿਆ ਡੇਢ ਸਾਲ ਬਾਅਦ ਫਿਰ 91 ਦੇ ਵਿੱਚ ਚੋਣਾਂ ਆਈਆਂ ਤੇ ਚੋਣਾਂ ਦੇ ਵਿੱਚ ਅਸੀਂ ਚੋਣਾ ਲੜੇ ਕਾਂਗਰਸ ਨੇ ਬਾਈਕਾਟ ਕਰਤਾ ਸੀ ਅਸੀਂ ਸਾਰੇ ਲੜਦੇ ਸੀਗੇ ਮੈਨੂੰ ਵੀ ਟਿਕਟ ਮਿਲੀ ਸੀ ਰਾਮਪਰੇ ਤੋਂ ਉਸ ਵੇਲੇ ਫਿਰ ਵੋਟਾਂ ਨਾ ਪੰਜਾਂ ਮੌਕੇ ਤੇ ਆ ਕੇ 92 ਦੇ ਵਿੱਚ ਫਿਰ ਆ ਕੇ ਅਸੀਂ ਫੈਸਲਾ ਕੀਤਾ ਵੀ ਆਪਾਂ ਬਾਈਕਾਟ ਕਰ ਦਈਏ ਕਿਉਂਕਿ 27 ਬੰਦੇ ਉਸ ਵੇਲੇ ਮਾਰਤੇ ਸੀਗੇ ਅਤਵਾਦੀਆਂ ਨੇ ਜਿਹੜੇ ਕਾਲੇ ਦਲ ਦੇ ਚੋਣਾ ਲੜਦੇ ਸੀ ਕਾਫੀ ਫੱਟੜ ਕਰਦੇ ਸੀ ਤੇ ਉਹ ਵੀ ਇੰਨੇ ਬੰਦੇ ਮਰਵਾਵਾਂਗੇ ਵਰਕਰ ਵੀ ਡਰਦੇ ਸੀਗੇ ਵੀ ਜੀ ਨਾਮ ਪੰਗੇ ਚ ਪਾਓ ਆਪਾਂ ਛੱਡ ਦਿਓ ਬਾਈਕਾਟ ਕਰ ਦਿਓ ਕੀ ਫਾਇਦਾ ਅੱਗੇ ਵੋਟਾਂ ਹੀ ਨਹੀਂ ਪੰਜਾਂ ਇਹਨਾਂ ਨੇ ਫੇਰ ਮਰਵਾ ਦੇਣਗੇ ਪਤਾ ਨਹੀਂ ਵੋਟਾਂ ਪਹੁੰਚਣਗੇ ਪਤਾ ਨਹੀਂ ਨਹੀਂ ਹੂੰ ਫਿਰ ਬਾਈਕਾਟ ਕਰਤਾ ਫਿਰ 97 ਦੇ ਵਿੱਚ ਫਿਰ ਚੱਲਦੇ ਰਹਾ ਲੜਾਈ ਧਰਮ ਦੇ ਮੋਰਚੇ ਦੇ ਵਿੱਚ ਲੜਾਈ ਬਿਆਨਤ ਸੋ ਨਾਲ ਵੀ ਚੱਲਦੀ ਰਹੀ ਪਾਰਟੀ ਦੇ ਐਜੀਟੇਸ਼ਨਾਂ ਦੇ ਵਿੱਚ ਹਿੱਸਾ ਲੈਂਦੇ ਰਹੇ 90 ਦੇ ਵਿੱਚ ਫਿਰ ਮੈਨੂੰ ਅਕਾਲੀ ਦਲ ਦਾ ਜ਼ਿਲ੍ਹਾ ਬਠਿੰਡੇ ਦਾ ਪ੍ਰਧਾਨ ਬਣਾਤਾ ਸੀਗਾ ਅਕਾਲੀ ਦਲ ਨੇ ਜੀ ਤੇ ਫਿਰ 97 ਚ ਆ ਕੇ ਜਿਹੜੀ 96 ਚ ਫਿਰ ਪਾਰਲੀਮੈਂਟ ਦੀ ਚੋਣਾਂ ਆ ਗਈਆਂ ਸੀਗੀਆਂ ਜਿਹੜੀਆਂ ਸ਼ਰਮੇ ਦੇ ਵਿੱਚ ਚੋਣਾਂ ਆਈਆਂ ਪਾਰਲੀਮੈਂਟ ਦੀਆਂ ਉਹਦੇ ਵਿੱਚ ਅਕਾਲੀ ਦਲ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਸੀਗੀ 13 ਵਿੱਚੋਂ 11 ਸੀਟਾਂ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਜਿੱਤ ਗਈ ਸੀਗੀ ਜੀ ਤੇ ਫਿਰ 97 ਦੇ ਵਿੱਚ ਆਈਆਂ 9 ਅ ਅਕਾਲੀ ਦਲ ਵੱਲੋਂ ਮੈਨੂੰ ਵੀ ਟਿਕਟ ਮਿਲੀ ਸੀ ਤੁਸੀਂ ਮੰਤਰੀ ਵੀ ਬਣੇ ਹਾਂ ਉਸ ਵੇਲੇ ਫਿਰ ਕਾੜੀ ਦਲ ਬਹੁਤ ਵੱਡੀ ਮੈਜੋਰਿਟੀ ਨਾਲ ਜਿੱਤੇ ਉਸ ਵੇਲੇ 93 ਸੀਟਾਂ ਅਕਾਲੀ ਦਲ ਪੰਜਾਬ ਤੇ ਰਲ ਕੇ ਸਾਰਾ ਸੀਗਾ ਜਨਤਾ ਪਾਰਟੀ ਦੇ ਨਾਲ ਸਾਰੇ ਇਕੱਠੇ ਸੀਗੇ ਬੀਜੇਪੀ ਵੀ ਨਾਲ ਹੀ ਸੀ ਉਸ ਵੇਲੇ ਭਾਰਤੀ ਜਨਤਾ ਪਾਰਟੀ ਬਣ ਗਈ ਸੀ ਇਹ ਉਸ ਵੇਲੇ ਫਿਰ ਜਾ ਕੇ ਫਿਰ ਉਹਦੇ ਚ ਵਜ਼ੀਰ ਬਣਨ ਦਾ ਵੀ ਮੌਕਾ ਮਿਲਿਆ ਸੇਵਾ ਕਰਨ ਦਾ ਮੌਕਾ ਮਿਲਿਆ ਫਿਰ ਚੱਲਦਾ ਰਿਹਾ ਸਿਆਸਤ ਦਾ ਇਹ ਮੇ ਜਿੱਕੇ ਕੰਮ ਕਦੇ ਆ ਗਏ ਕਦੇ ਜਿੱਤ ਗਏ ਕਦੇ ਹਾਰ ਗਏ ਦੋ ਵਾਰੀ ਵਜੀਰ ਮੰਨਣ ਦਾ ਮੌਕਾ ਮਿਲਿਆ ਸੋ ਉਸ ਦੇ ਵਿੱਚ ਕਾਲੀ ਦਲ ਦੇ ਵੀ ਬੜੇ ਉੱਚੇ ਉਹਦਿਆਂ ਤੇ ਜਾਣ ਦਾ ਮੌਕਾ ਮਿਲਿਆ 27 ਸਾਲਾਂ ਮੈਂ ਜਿਹੜੇ ਦੀ ਸਰਬਸੰਮਤੀ ਨੇ ਪ੍ਰਧਾਨਗੀ ਕੀਤੀ ਜੀ ਪੰਜਾਬ ਦੀ ਕਬੱਡੀ ਐਸੋਸੀਏਸ਼ਨ ਦਾ ਮੈਂ ਫਿਰ ਪ੍ਰਧਾਨ ਬਣ ਗਿਆ ਪਹਿਲਾਂ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਫਿਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਬਣਿਆ ਫਿਰ ਉੱਥੇ ਬਣ ਗਿਆ 올림픽 ਐਸੋਸੀਏਸ਼ਨ ਦਾ ਵਾਈਸ ਪ੍ਰਧਾਨ ਬਣਿਆ ਹੁਣ ਵੀ ਹੈਗਾ ਫਿਰ ਵਰਲਡ ਕੱਪ ਕਰਾਇਆ ਕਬੱਡੀ ਬੜੀ ਦੂਰ ਤਾਈ ਪਹਚਾਈ ਅਸੀਂ ਲੜ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਜ ਉਸ ਵੇਲੇ ਫਿਰ ਹਲਕੇ ਦਾ ਵੀ ਡਿਵੈਲਪਮੈਂਟ ਕਰਨ ਦਾ ਮੈਨੂੰ ਮੌਕਾ ਮਿਲਿਆ ਮੈਂ ਕਹਿ ਸਕਦਾ ਕਿ ਜਿਹੜੀ ਸਾਰੀ ਫੂਲ ਹਲਕੇ ਦੀ ਵੱਡੇ ਪੱਧਰ ਤੇ ਡਿਵੈਲਪਮੈਂਟ ਹੋਈ ਹੈ ਜਿੰਨੀ ਜ਼ਿਆਦਾ ਇਹਦੇ ਵਿੱਚ 75% ਮੇਰਾ ਇਕੱਲੇ ਦਾ ਹਿੱਸਾ ਹੈ ਕਿਤੇ ਵੀ ਕੋਈ ਗਿਣ ਲਓ ਚਾਹੇ ਸਕੂਲ ਗਿਣ ਲਓ ਚਾਹੇ ਹਸਪਤਾਲ ਗਿਣ ਲਓ ਚਾਹੇ ਰਾਜ ਮੰਡੀਆਂ ਗਿਣ ਲਓ ਚਾਹੇ ਗ੍ਰਿਡ ਗਿਣ ਲਓ ਬਿਜਲੀ ਦੇ ਚਾਹੇ ਸੜਕਾਂ ਚੌੜੀਆਂ ਦੀ ਗੱਲ ਕਰ ਲਓ ਬਾਕੀ ਪਿੰਡ ਵਾਲੇ ਆਰਓ ਪਿੰਡਾਂ ਦੇ ਵਿੱਚ ਸੇਵਾ ਕੇਂਦਰ ਉਹ ਜੋ ਸਾਰੀਆਂ ਕੈਲਕੂਲੇਟ ਕਰਨ ਲਈ ਕਰਮਦਵਾਤ ਵਹਿ ਕੇ ਲੈ ਕੇ ਲਿਖਣ ਲੱਗ ਜਾਈਏ ਜੀ ਆਪਾਂ ਚਾਹੇ ਪਿੰਡਾਂ ਇਹਦੇ ਵਿੱਚ 75% ਹਿੱਸਾ ਮੇਰੇ ਕਲੇ ਦਾ ਹੈਗਾ ਜਿਹੜਾ ਡਿਵੈਲਪਮੈਂਟ ਕਰਾਈ ਆ ਹਲਕੇ ਦੀ ਆਪਸਾਰੀ ਇਹਦੇ ਵਿੱਚ ਕਰਾ ਕੇ ਸੋ ਮੇਰਾ ਸ਼ੁਰੂ ਤੋਂ ਲੈ ਕੇ ਜੇ ਮੈਂ ਕਿਹਾ ਕਿ ਸ਼ੌਂਕ ਰਿਹਾ ਡਿਵੈਲਪਮੈਂਟ ਹਮ ਡਿਵੈਲਪਮੈਂਟ ਜਿਵੇਂ ਮੈਂ ਕਿਹਾ ਮੇਰੇ ਮਨ ਦੇ ਵਿੱਚ ਸੋਚ ਸੀ ਕਿ ਮੈਂ ਸਰਪੰਚ ਬਣ ਗਿਆ ਕੰਮ ਕਰੂੰਗਾ ਉਹ ਮੇਰੀ ਪ੍ਰਮਾਤਮਾ ਨੇ ਖਾਜ ਪੂਰੀ ਕੀਤੀ ਜਦੋਂ ਮੈਂ ਸਰਪੰਚ ਬਣ ਗਿਆ ਉਦੋਂ ਮੈਨੂੰ ਨਹੀਂ ਸੀ ਵਜਿਰੀ-ਬਜੂਰੀ ਦਾ ਤਾਂ ਸੁਫਨਾ ਹੀ ਨਹੀਂ ਸੀ ਵੀ ਕਦੇ ਆਪਾਂ ਬਣਾਂਗੇ ਤਾਂ ਸੋਚਿਆ ਹੀ ਨਹੀਂ ਸੀ ਜਾ ਸਕਦਾ ਐਮਐਲਏ ਦੇ ਮੰਨ ਚ ਜ਼ਰੂਰ ਆਉਣ ਲੱਗ ਗਈ ਸੀ ਐਮਐਲਏ ਦੇ ਨੇੜੇ ਰਹਿਣ ਲੱਗੇ ਸੀ ਨਾ ਐਮਐਲਏ ਦੀ ਮੰਨ ਦੇ ਵਿੱਚ ਜ਼ਰੂਰ ਆਉਣ ਲੱਗ ਗਈ ਸੀ ਜਦੋਂ 77 ਤੋਂ ਲੈ ਕੇ 80 ਤਾਈਂ ਸਰਕਾਰ ਦੇ ਨੇੜੇ ਰਹੇ ਉਦੋਂ ਥੋੜਾ ਬਹੁਤਾ ਮਨ ਦੇ ਵਿੱਚ ਆ ਆ ਵੀ ਯਾਰ ਕਦੇ ਨਾ ਕਦੇ ਆਪਾਂ ਵੀ ਐਮਐਲਏ ਬਣ ਸਕਦੇ ਆ ਮਲੂਕਾ ਸਾਹਿਬ ਤੁਸੀਂ ਸਾਰੀ ਆਪਣੀ ਜ਼ਿੰਦਗੀ ਦੇ ਬਾਰੇ ਬਚਪਨ ਤੋਂ ਲੈ ਕੇ ਹੁਣ ਤੱਕ ਦੱਸਿਆ ਸਿਆਸਤ ਵਿੱਚ ਕਿਵੇਂ ਐਂਟਰੀ ਹੋਈ ਜਿੱਕ ਜਿਹੜੀ ਬੜਾ ਕੁਛ ਆ ਸੁਣਨ ਨੂੰ ਮਿਲਦਾ ਖਾਸ ਕਰਕੇ ਤੁਹਾਡੇ ਕਮਿਊਨਿਸਟਾਂ ਨਾਲ ਵੀ ਕੋਈ ਸੰਬੰਧ ਰਹੇ ਆ ਨਹੀਂ ਕਮਿਊਨਿਸਟਾਂ ਨਾਲ ਉਹੀ ਸੰਬੰਧ ਰਹੇ ਨੇ ਆਪਣਾ ਇੱਥੇ ਸਮਝੌਤਾ ਹੁੰਦਾ ਸੀ ਕਾਲੀਆਂ ਦਾ ਤੇ ਕਮਿਊਨਿਸਟਾਂ ਦਾ ਜ਼ਿਆਦਾ ਚਿਰ ਸਮਝੌਤਾ ਰਿਆ ਜਿਆਦੇ ਸੀਟੇ ਜ਼ਿਆਦਾ ਚਿਰ ਕਮਿਊਨਿਸਟਾਂ ਕੋਲੇ ਰਹੀ ਇਹ ਸੀਟ ਉਸ ਵੇਲੇ ਮਾਸਟਰ ਬਾਬੂ ਸਿੰਘ ਇੱਥੋਂ ਚੋਣ ਲੜਦੇ ਹੁੰਦੇ ਸੀਗੇ ਤੁਸੀਂ ਵੀ ਜਾਣਦੇ ਹੋਵੋਗੇ ਸ਼ਾਇਦ ਜਦ ਉੱਥੋਂ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਹੋਣੀ ਹੈ ਮੈਨੂੰ ਲੱਗਦਾ ਜਦ ਤੁਸੀਂ ਛੋਟੇ ਹੋਵੋਗੇ ਉਦੋਂ ਨੇਕ ਬੰਦੇ ਸੀਗੇ ਵੈਸੇ ਮੈਂ ਮੰਨਦਾ ਇਸ ਗੱਲ ਨੂੰ ਕਿ ਉਹ شریف ਆਦਮੀ ਸੀ ਸਾਰਿਆਂ ਨਾਲ ਪਿਆਰ ਕਰਦੇ ਸੀ ਪਿਆਰ ਬਣਾ ਕੇ ਰੱਖਦੇ ਸਾਡੇ ਨਾਲ ਵੀ ਉਹਨਾਂ ਦਾ ਪਿਆਰ ਜਿਹੜਾ ਘਰੋਂ ਹੀ ਹੋ ਗਿਆ ਸੀਗਾ ਉਸ ਵ ਕਈ ਵਾਰੀ ਬੰਦੇ ਕਹਿ ਦਿੰਦੇ ਨੇ ਮੈਨੂੰ ਹੋਰ ਬੰਦੇ ਵੀ ਕਹਿ ਦਿੰਦੇ ਨੇ ਪਰ ਕਾਮਰੇਟ ਕਾਮਰੇਡਾ ਨੇ ਤਾਂ ਅਮਰਜੈਂਸੀ ਦੀ سپورਟ ਕੀਤੀ ਸੀ ਹੂੰ ਕਾਮਰੇਡਾ ਨੇ ਅਮਰਜੈਂਸੀ ਦੀ سپورਟ ਕੀਤੀ ਸੀ ਤੇ ਅਸੀਂ ਅਮਰਜੈਂਸੀ ਜਿਹੜਾ ਕੱਟੀਆਂ ਸੀ ਇਸ ਕਰਕੇ ਉਹ ਗੱਲ ਨਹੀਂ ਸੀਗੀ ਰੇਡ ਤਾਂ ਬਹੁਤ ਸੀਗੀ ਰੇਡ ਤਾਂ ਤੇ ਕੋਈ ਨਹੀਂ ਮਾਸਟਰ ਬਾਪੂ ਸੀ ਉਹਨਾ ਬਹੁਤ ਰੇਡਤਾ ਸੀ ਉਹਨਾਂ ਨਾਲ ਇਕੱਠੇ ਜਾਈਦਾ ਵੀ ਸੀ ਕਈ ਵਾਰ ਉਹਨਾਂ ਦੀ ਮੀਟਿੰਗਾਂ 'ਚ ਵੀ ਜਾਵੜੀਦਾ ਸੀਗਾ ਨਾਲ ਲੈ ਜਾਂਦੇ ਸੀ ਉਹ ਉਹਨਾਂ ਦਾ ਰੇਡਤਾ ਸੀ ਮਾਸਟਰ ਬਾਪੂ ਸੀ ਉਹਨਾਂ ਜਾਤੀ ਤੌਰ ਤੇ ਜੀ ਜੇ ਆਪਾਂ 97 ਤੋਂ ਗੱਲ ਕਰਦੇ ਹਾਂ ਹੁਣ 2022 ਤੱਕ ਜੀ ਦੋ ਵਾਰੀ ਤੁਸੀਂ ਜਿੱਤੇ ਹੋ ਤਿੰਨ ਵਾਰੀ ਤੁਸੀਂ ਚੋਣ ਹਾਰੀ ਆ ਦੋ ਵਾਰੀ ਵੀ ਤੁਸੀਂ ਮੰਤਰੀ ਵੀ ਬਣਦੇ ਹੋ 99 ਦੇ ਵਿੱਚ ਮੰਤਰੀ ਬਣਦੇ ਹੋ 12 ਦੇ ਵਿੱਚ ਮੰਤਰੀ ਬਣਦੇ ਹੋ ਜੇ ਹੁਣ ਤੁਹਾਨੂੰ ਪਰਸਨਲੀ ਅਸੀਂ ਪੁੱਛੀਏ ਨਿੱਜੀ ਤੌਰ ਦੇਤੇ ਆਪਣਾ ਭਵਿੱਖ ਤੁਸੀਂ ਕਿਵੇਂ ਦੇਖ ਰਹੇ ਹੋ ਜਾਂ ਐਜ਼ ਆ ਲੀਡਰ ਸੋਚ ਰਹੇ ਹੋ ਵੀ ਅੱਗੇ ਵਧੋਗੇ ਕਿ ਪਾਸੇ ਹੋਵੋਗੇ ਵੇਖੋ ਬੰਦੇ ਨੂੰ ਤਾਂ ਹਰ ਵळे ਆਸ਼ਾਵਾਦੀ ਰਹਿਣਾ ਚਾਹੀਦਾ ਮੈਂ ਤਾਂ ਹੁਣ ਜਦੋਂ ਆ ਚੋਣ ਤੋਂ ਬਾਅਦ ਜਿੱਦਿ ਸਾਡੇ ਇੱਥੇ ਅਸੀਂ ਧਨਵਾਦੀ ਇਕੱਠ ਰੱਖਿਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇੱਥੇ ਕਿਉਂਕਿ ਐਰ ਕੀ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਕੋਈ ਕਹਿੰਦਾ ਨਹੀਂ ਸੀ ਵੀ ਇਹ ਸੀਟ ਹਾਰ ਜਾਏਗੀ ਕਿਸੇ ਵੀ ਕਿਤੇ ਨਹੀਂ ਸੀ ਲਿਖਿਆ ਕਿ ਕਿਤੇ ਵੀ ਗੱਲ ਕਰ ਲੋ ਕਹਿੰਦੇ ਰਾਮਪਰਾ ਫੂਲ ਸੀਟ ਤੇ ਮਲੂਕਾ ਸਾਹਿਬ ਦੀ ਕਲੀਅਰ ਹੈ ਸਾਰੇ ਸਰਵੇਾਂ ਚ ਵੀ ਆਮ ਆਦਮੀ ਪਾਰਟੀ ਦੇ ਸਰਵੇ ਚ ਵੀ ਕਾਂਗਰਸ ਦੇ ਸਰਵੇ ਚ ਵੀ ਸਾਡੇ ਸਰਵੇ ਚ ਵੀ ਆਪਣੀ ਸੀਟ ਕਲੀਅਰ ਲੱਗਦੀ ਸੀ ਕਿ ਜਿੱਤ ਜਾਵਾਂਗੇ ਪਰ ਹਾਲਾਤ ਮੌਕੇ ਤੇ ਆ ਕੇ ਇਹ ਜੇ ਬਣੇ ਚਾਰ ਪੰਜ ਦਿਨ ਪਹਿਲਾਂ ਇੱਕ ਹਵਾਈ ਐਸੀ ਵਗੀ ਕਿ ਸਾਰੇ ਤਕਰੀਬਾਂ ਉਲਟ ਪੁਲਟ ਹੋ ਗਿਆ ਸਾਰਾ ਕੰਮ ਉੱਥੋਂ ਮੰਨ ਦੇ ਵਿੱਚ ਹੁੰਦਾ ਕਿ ਇੰਨਾ ਕੰਮ ਕੀਤਾ ਇੰਨਾ ਦਿਲਚਸਪੀ ਲਈ ਹੈ ਇੰਨਾ ਲੋਕਾਂ ਦੀ ਸੇਵਾ ਕੀਤੀ ਹੈ 5 ਸਾਲ ਟਿੱਕੇ ਨਹੀਂ ਵੇਖਿਆ ਲੋਕਾਂ ਦਾ ਕੋਈ ਗਮੀ ਖੁਸ਼ੀ ਸਾਦੀ ਛੱਡੀ ਨਹੀਂ ਹੈਗੀ ਤੇ ਲੋਕ ਵੋਟਾਂ ਐਂ ਪਾਉਂਦੇ ਆ ਕੋਈ ਪੈਸੇ ਮੰਗੀ ਜਾਂਦਾ ਕੋਈ ਸ਼ਰਾਬ ਮੰਗੀ ਜਾਂਦਾ ਕੋਈ ਕੁਝ ਮੰਗੀ ਜਾਂਦਾ ਕੋਈ ਕੁਝ ਮੰਗੀ ਜਾਂਦਾ ਚੰਗੇ ਚੰਗੇ ਲੀਡਰ ਪੈਸੇ ਮੰਗੀ ਜਾਂਦੇ ਆ ਜੇ ਪੁੱਛੀਦਾ ਕੀ ਕੀਤੇ ਤੁਸੀਂ ਹਰਾਰ ਹੋਮੋਗੇ ਲੈਕਚਰ ਦੇ ਵਿੱਚ ਬੜੇ ਤਜਰਬੇ ਹੁੰਦੇ ਆ ਚੰਗੇ ਚੰਗੇ ਬੰਦੇ ਜਿਹੜੇ ਤੁਹਾਡੇ ਨਾਲ ਰਹਿੰਦੇ ਆ ਉਹ ਕਹਿੰਦੇ ਮੈਨੂੰ ਪੈਸੇ ਦੇ ਦੇ ਜੀ 1 ਲੱਖ ਦੇ ਦੇ ਜੀ ਮੈਂ 2 ਲੱਖ ਦੇ ਦوں ਮੈਂ 3 ਲੱਖ ਦੇ ਦوں ਤੁਹਾਡੇ ਤੋਂ ਮੰਗੇ ਮੈਂ ਆਪਣੀ ਤੇ ਗੱਲ ਹੀ ਕਰਦਾ ਮੈਂ ਕਿਸੇ ਤੋਂ ਹੋਰ ਨਹੀਂ ਕਰਦਾ ਜੇ ਪੁੱਛੀਦਾ ਵੀ ਕੀ ਕਰਨੇ ਆ ਉਹ ਜੀ ਮੈਂ ਖਰਚ ਕਰਨੇ ਆ ਕਾਦੇ ਤੇ ਕਰਨੇ ਦੱਸ ਦੇ ਭਾਈ ਉਹ ਫੇਰ ਨਹੀਂ ਫੇਰ ਚੁੱਪ ਮੈਂ ਕਰ ਦੂੰਗਾ ਜੀ ਮੈਂ ਦੱਸੂਗਾ ਜੀ ਜੇ ਮੈਂ ਕਿਸ ਕਿਸੇ ਨੂੰ ਦੇਣੇ ਆ ਜੀ ਕਿਹਨੂੰ ਦੇਣੇ ਦੱਸ ਦੇ ਲਿਆ ਬੰਦਾ ਜਿਹਨੂੰ ਕਹੇ ਦੇ ਦੇ ਦਿੰਨੇ ਆ ਉਹ ਉਹ ਕੋਈ ਗੱਲ ਨਹੀਂ ਸੀ ਜਿਹੜੀ ਇੱਥੋਂ ਤੱਕ ਚੰਗੇ ਚੰਗੇ ਬੰਦਿਆਂ ਦਾ ਵੀ ਜੇ ਕਰਤਾਰ ਬਣ ਗਿਆ ਆਮ ਲੋਕਾਂ ਦਾ ਤਾਂ ਹੈਗਾ ਹੀ ਆਪਾਂ ਨੂੰ ਪਤਾ ਵੋਟਾਂ ਦੇ ਵਿੱਚ ਐਵੇਂ ਕੋਈ ਝੂਠ ਬੋਲੀ ਜਾਵੇ ਉਹਦਾ ਫਾਇਦਾ ਨਹੀਂ ਬੋਟਾ ਵਿਕਦਿਆਂ ਨੇ ਲੋਕੀ ਵਿਕਦੇ ਨੇ ਕੋਈ 1000 ਨੂੰ ਵਿਕਦਾ ਕੋਈ 1500 ਨੂੰ ਵਿਕਦਾ ਕਿ 2000 ਨੂੰ ਵਿਕਦਾ ਕੋਈ ਸ਼ਰਾਬ ਦੀ ਬੋਤਲ ਤੇ ਵਿਕਦਾ ਵਿਕਦੇ ਤਾਂ ਹੈਗੇ ਨੇ ਇਕੱਲੇ ਸਿਆਸੀ ਬੰਦਿਆਂ ਨੂੰ ਜੇ ਆਪਾਂ ਮਾੜਾ ਕਹੀ ਜਾਈਗੇ ਤੁਸੀਂ ਸੋਚ ਲਓ ਵੀ ਜੇ ਲੋਕਾਂ ਦੀ ਇਹ ਹਾਲਤ ਬਣ ਜਾਂਦੀ ਹੈ ਫਿਰ ਜਦੋਂ ਰੀਸ ਚੱਲ ਪੈਂਦੀ ਹੈ ਫਿਰ ਕਰਨਾ ਪੈਂਦਾ ਦੇਖੋ ਜਦੋਂ ਪੈਸੇ ਇੱਕ ਧਿਰ ਦੇ ਉਹ ਦੂਜੇ ਨੂੰ ਵੀ ਮਜਬੂਰੀ ਚ ਦੇਣੇ ਪੈਂਦੇ ਨੇ ਕਈ ਵਾਰ ਮਜਬੂਰੀਆਂ ਬਣ ਜਾਂਦੀਆਂ ਨਾ ਚਾਹੁੰਦੇ ਹੋયા ਵੀ ਕਈ ਕੰਮ ਕਰਨੇ ਪੈਂਦੇ ਆ ਤੁਸੀਂ ਵੀ 97 ਚ ਇਲੈਕਸ਼ਨ ਜਿਹੜੀ ਲੜੀ ਸੀ ਜੀ ਸਿੱਧੂ ਸਾਹਿਬ ਨਾਲ ਲੜੀ ਸੀ ਉਹਦੇ ਮਿਨਿਸਟਰ ਸੀ ਸਿੱਧੂ ਸਾਹਿਬ ਜੀ ਮਹਰਵਾਨ ਸਿੰਘ ਸਿੱਧੂ ਹਾਂ ਉਹਨਾਂ ਨਾਲ ਮੇਰੀ ਗੱਲ ਹੋ ਗਈ ਉਹਨਾਂ ਦਾ ਫੋਨ ਆਇਆ ਵੀ ਮਲੂਕਾ ਸਾਹਿਬ ਆਪਾਂ ਸ਼ਰਾਬ ਨਾ ਵੰਡੀਏ ਇਲੈਕਸ਼ਨ ਦੇ ਵਿੱਚ ਹੂੰ ਤੁਸੀਂ ਪਹਿਲਾਂ ਜ਼ਿਕਰ ਕੀਤਾ ਹਾਂ ਮੈਂ ਕਿਹਾ ਜੀ ਮੈਂ ਬੜਾ ਖੁਸ਼ ਆ ਬੜੀ ਚੰਗੀ ਗੱਲ ਹੈਗੀ ਮੈਂ ਜੀ ਨਹੀਂ ਸ਼ਰਾਬ ਪੀਂਦਾ ਤੁਸੀਂ ਨਹੀਂ ਪੀਂਦੇ ਵਧੀਆ ਗੱਲ ਹੈ ਮੈਂ ਕਿਹਾ ਜੀ ਇੱਕ ਗੱਲ ਹੋਰ ਕਰ ਲਈਏ ਕਹਿੰਦੇ ਮੈਂ ਕਿਹਾ ਪੈਸਾ ਵੀ ਨਾ ਵੰਡੀਏ ਕਹਿੰਦੇ ਠੀਕ ਹੈ ਨਾ ਕੋਈ ਪੈਸਾ ਵੰਡਿਆ ਨਾ ਸ਼ਰਾਬ ਵੰਡੀ ਥੋੜੇ ਪੈਸੇ ਨਾ ਲੜੀਗੀ ਤੇ ਫਿਰ ਜਦੋਂ ਬੰਦੇ ਤੇ ਪੈਸੇ ਨਹੀਂ ਲੱਗਦੇ ਤੇ ਫਿਰ ਪੈਸੇ ਕਿਥੋਂ ਨੇ ਢਾਲੀਵਾਲ ਸਾਹਿਬ ਦਾਖਦੂ ਤੁਸੀਂ ਕਿਥੋਂ ਆਣਗੇ ਪੈਸੇ ਉਹ ਐ ਕਿ ਫਿਰ ਤੁਸੀਂ ਵੱਡੇ ਇਹ ਲੋਕੀ ਲੋਕੀ ਸੋਚੀ ਇਹ ਕਹਿ ਰਹੇ ਵੀ ਦੇਖ ਕੇ ਹੋ ਜਾਂਦਾ ਮੈਂ ਕਹਿੰਦਾ ਮੈਂ ਤਾਂ ਕਹੀ ਜਾਂਦਾ ਵੀ ਜਦੋਂ ਦੇਖ ਕੇ ਹੁੰਦੀ ਜੇ ਕਿਤੇ ਰਵੰਦੀ ਜੇ ਫਿਰ ਬਣਨੇ ਪੈਂਦੇ ਆ ਮਜਬੂਰਨ ਬਣਨੇ ਪੈਂਦੇ ਆ ਨਾ ਚਾਹੁੰਦੇ ਹੋਏ ਵੀ ਬਣਨੇ ਪੈਂਦੇ ਆ ਪਰ ਐਤਕੀ ਤਾਂ ਕਹਿੰਦੇ ਇਹੋ ਜਿਹਾ ਵੀ ਸਿਚੁਏਸ਼ਨ ਆ ਗਈ ਵੀ ਦੋ ਮੁੱਖ ਪਾਰਟੀਆਂ ਨੇ ਪੈਸੇ ਵੰਡੇ ਤੇ ਵੋਟ ਉਹਨਾਂ ਨੂੰ ਦੋਨਾਂ ਨੂੰ ਨਹੀਂ ਪਈ ਲੋਕਾਂ ਨੇ ਵੋਟ ਹੋਰ ਕਿਸੇ ਨੂੰ ਨਹੀਂ ਵੋਟ ਤਾਂ ਬਹੁਤ ਪਈ ਦੂਜੇ ਨੂੰ ਜ਼ਿਆਦਾ ਪਈਗੀ ਉਹ ਮੈਂ ਮੰਨ ਲੈਂਦਾ ਵੀ ਜਿਹਨੂੰ ਜਿੱਤਿਆ ਤਾਂ ਉਹੀ ਆ ਨਾ ਜਿਹਨੂੰ ਜ਼ਿਆਦਾ ਪਈ ਆ ਤੇ ਵੋਟ ਤਾਂ ਮੈਨੂੰ ਤਾਂ ਵੋਟ ਤਾਂ ਬਹੁਤ ਪਈਗੀ ਵੋਟ ਨਹੀਂ ਥੋੜੀ ਰਹੀ ਲਗਭਗ 46000 ਵੋਟ ਪਈਗੀ ਪਰ ਮੇਰੀ ਆਸ ਮੁਤਾਬਕ ਨਹੀਂ ਮੈਂ 55000 ਵੋਟ ਲਾਉਂਦਾ ਸੀ ਕਿ ਟੁਕੜ ਟੁਕੜ ਮੈਨੂੰ ਪੈਣੀ ਚਾਹੀ ਪਿਛਲੇ ਸਾਲ 45 ਤਾਂ ਮੇਰੀ ਪਿਛਲੀ ਜ਼ਰ ਸੀਗੀ ਤੇ ਮੈਨੂੰ ਐਸ ਵੀ 8-10 ਹਜ਼ਾਰ ਤਾਂ ਜਿੰਨੀ ਹਵਾ ਵਧਣੀ ਆ ਸਾਰੇ ਲੋਕ ਹੀ ਕਹਿੰਦੇ ਐਰਿਕ ਦਾ ਫਿਕਰ ਵਾਲਾ ਕੋਈ ਨਹੀਂ ਕਿਸੇ ਪਿੰਡ ਮੈਨੂੰ ਕਿਸੇ ਨੇ ਲਾਂਭਾ ਨਹੀਂ ਦਿੱਤਾ ਕਿਸੇ ਪਿੰਡ ਮੈਨੂੰ ਸ਼ਿਕਾਇਤ ਨਹੀਂ ਕੀਤੀ ਕੋਈ ਸਾਰੇ ਖੁਸ਼ੀ-ਖੁਸ਼ੀ ਮਿਲਦੇ ਸੀ ਬੇਫਿਕਰ ਹੋ ਜੀ ਬੂਟਾ ਤੁਹਾਨੂੰ ਪੈਣ ਗਿਆ ਤੇ ਉਸ ਤੋਂ ਫਿਰ ਲੱਗਦਾ ਹੁੰਦਾ ਵੀ ਠੀਕ ਐ ਪਰ ਜਦੋਂ ਪੈਸੇ ਪੁੱਛਿਆਂ ਵਾਲੀ ਗੱਲ ਜਾਂ ਸ਼ਰਾਬ ਵਾਲੀ ਆ ਜਾਂਦੀ ਹੈ ਜਦੋਂ ਦੂਜੀ ਤਰ੍ਹਾਂ ਨਾਲ ਵੰਡਦੀ ਆ ਥੋੜਾ ਬਹੁਤਾ ਕਰਨਾ ਤਾਂ ਪੈਂਦਾ ਹੀ ਆ ਫਿਰ ਉਹਦੇ ਵਿੱਚ ਕੋਈ ਐਂਕਵਾ ਨਹੀਂ ਜੇ ਹੋਰ ਅੰਦਰਲੀ ਝਾਤ ਮਾਰ ਗਈ ਥੋੜੀ ਜੀ ਹੋਰ ਨਵਜ ਫੜ ਘਾਟ ਰਹੀ ਜਾਂ ਲੋਕਾਂ ਦੇ ਵਿੱਚ ਉਵੇਂ ਅਸੈਪਟ ਨਹੀਂ ਕੀਤਾ ਗਿਆ ਤੁਹਾਨੂੰ ਜਾਂ ਪਾਰਟੀ ਨੂੰ ਜਾਂ ਕਿੱਥੇ ਕੀ ਗੱਲ ਹੈ ਮੈਨੂੰ ਲੱਗਦਾ ਵੀ ਪੰਜਾਬ ਦੀ ਤਰੱਕੀ ਜਾਂ ਦੇਸ਼ ਦੀ ਸਾਡੇ ਦੇ ਹਿੰਦੁਸਤਾਨ ਦੀ ਤਰੱਕੀ ਸੀ ਦੂਜੇ ਮੁਲਕਾਂ ਨਾਲ ਰੀਸ ਕਰਦੇ ਆ ਕੈਨੇਡਾ ਅਮਰੀਕਾ ਦੀ ਇੱਥੇ ਅਸੀਂ ਗੱਲਾਂ ਕਰਦੇ ਆ ਆਸਟ੍ਰੇਲੀਆ ਦੀਆਂ ਉਹਨਾਂ ਮੁਲਕਾਂ ਦੇ ਨਾਲ ਐਸ ਲੋਡ ਤਾਂ ਅਸੀਂ ਰਲ ਨਹੀਂ ਸਕਾਂਗੇ ਉੱਥੇ ਲੋਕਾਂ ਦਾ ਕਰੈਕਟਰ ਹੈ ਸਾਰਿਆਂ ਦਾ ਲੀਡਰਾਂ ਦਾ ਵੀ ਕਰੈਕਟਰ ਹੈ ਲੋਕਾਂ ਦਾ ਵੀ ਕਰੈਕਟਰ ਹੈ ਲੋਕਾਂ ਦਾ ਕਰੈਕਟਰ ਤੇ ਲੀਡਰਾਂ ਦਾ ਕਰੈਕਟਰ ਮਲੂਮ ਲਈ ਬਣਾਉਣਾ ਪੈਣਾ ਹੈ ਬੜਨਾ ਪੈਣਾ ਕਿਉਂਕਿ ਜਦੋਂ ਲੋਕ ਉਥੇ ਸਿਸਟਮ ਇਹੋ ਜਿਹਾ ਬਣ ਗਿਆ ਉਹ ਤੋਂ ਬਾਹਰ ਕੋਈ ਜਾ ਹੀ ਨਹੀਂ ਸਕਦਾ ਚੋਣਾ ਲੜਦੇ ਆ ਲੋਕਾਂ ਨੂੰ ਕੋਈ ਖਰਚਾ ਨਹੀਂ ਹੁੰਦਾ ਕੁਝ ਨਹੀਂ ਚੁੱਪ ਕਰਕੇ ਨਾ ਕੋਈ ਵੋਟਾਂ ਦਾ ਸ਼ੋਰ ਹੁੰਦਾ ਆਪ ਦੀ اپیل ਕਰ ਦਿੰਦੇ ਆ ਲੋਕ ਵੋਟਾਂ ਪਾਉਣ ਦੇ ਕੋਈ ਜਿੱਤ ਗਿਆ ਕੋਈ ਹਾਰ ਗਿਆ ਕੋਈ ਕਿਸੇ ਨੂੰ ਕੋਈ ਫਿਕਰ ਨਹੀਂ ਹੁੰਦਾ ਕਿਉਂਕਿ ਖਰਚਾ ਤਾਂ ਕੋਈ ਹੁੰਦਾ ਹੀ ਨਹੀਂ ਹਮਮ ਉਵੇਂ ਜਿਕੇ ਨਾ ਆਪਣੇ ਨੂੰ ਐਮਐਲਏ ਨੇ ਕੋਈ ਹਰ ਇੱਕ ਦੇ ਖੱਡ ਪਾਠਾਂ ਤੇ ਭੋਗਾ ਮਰਗਾਂ ਤੇ ਜਾਣਾ ਹੁੰਦਾ ਇਹ ਵੀ ਨਹੀਂ ਹੁੰਦਾ ਉੱਥੇ ਕੋਈ ਕੰਮ ਕਰਨਾ ਹੁੰਦਾ ਡਿਵੈਲਪਮੈਂਟ ਦਾ ਉੱਥੇ ਜਿਹੜੀ ਐਮਐਲਏ ਦੀ ਸਹੀ ਡਿਊਟੀ ਹੈ ਇੱਥੇ ਹੋਰ ਵਰਤਿਆ ਜਾਂਦਾ ਇੱਥੇ ਕਿਸੇ ਦੇ ਬਿਮਾਰ ਦਾ ਪਤਾ ਨਾ ਲੈਣ ਜਾ ਉਹ ਵੀ ਰਸ ਜਾਂਦਾ ਕਿ ਮਰਗ ਦੇ ਤਾਂ ਜਾਣਾ ਹੀ ਪਊਗਾ ਕੋਈ ਨਾਲ ਹੀ ਗੱਲ ਨਹੀਂ ਵਿਆਹ ਸ਼ਾਦੀ ਤੇ ਵੀ ਜਾਣਾ ਹੀ ਪਊਗਾ ਨਹੀਂ ਤਾਂ ਵੋਟਾਂ ਨਹੀਂ ਪੈਂਦੀਆਂ ਤੇ ਫਿਰ ਸਾਰੇ ਕੰਮ ਕਰਕੇ ਇਹ ਕੰਮ ਵੀ 5 ਕਰੋ ਸਾਰਾ ਭਕਾਈ ਕਰਕੇ ਸਾਰਾ ਪਰਿਵਾਰ ਲੱਗਿਆ ਰਹਿੰਦਾ ਅਸੀਂ ਕੋਈ ਛੱਡਿਆ ਨਹੀਂ ਸੀ ਕੋਈ ਵੀ ਕਦੇ ਕਿਸੇ ਦਾ ਖੁਸ਼ੀ ਗਮੀ ਨਹੀਂ ਸੀ ਛੱਡੀ ਉਦੋਂ ਬਾਅਦ ਵੀ ਫਿਰ ਪੈਸੇ ਦੇ ਕੇ ਵੋਟਾਂ ਲੈਣੀਆਂ ਨੇ ਉਦੋਂ ਬਾਅਦ ਵੀ ਫਿਰ ਸ਼ਰਾਬ ਪਿਆ ਕੇ ਵੋਟਾਂ ਲੈਣੀਆਂ ਫਿਰ ਆਪਣੀ ਜਮੀਰ ਬੜੀ ਅੰਦਰੋਂ ਤੰਗ ਹੁੰਦੀ ਹੈ ਵੀ ਯਾਰ 5 ਸਾਲ ਐਵੇਂ ਭੌਂਕਦੇ ਫਿਰੇ ਜਿਆਹੀ ਕੀਤਾ ਕਰਨਾ ਵੋਟਾਂ ਮੋਲ ਹੀ ਲੈਣੀਆਂ ਨੇ ਤੇ ਲੋਕ ਹਜ਼ਾਰ ਹਜ਼ਾਰ ਤੇ ਵਿਕਦੇ ਨੇ ਹਜ਼ਾਰ ਨਾਲ ਕੀ ਟੱਪ ਜੂਗਾ ਕੋਈ ਸਮਾਂ ਟੱਪ ਜੂਗਾ ਮੈਂ ਕਹਿੰਦਾ ਲੋਕਾਂ ਨੂੰ ਇਹ ਦੇਸ਼ ਤਾਂ ਹੀ ਤਰੱਕੀ ਨਹੀਂ ਕਰਦਾ ਸਾਡੀ ਉੱਥੇ ਘੁੰਮਣ ਘੇਰੀ ਚ ਪਿਆ ਪਿਆ ਜਿਹੜਾ ਝੂਠ ਬੋਲ ਦਿੰਦਾ ਵੱਡਾ ਉਹਨੂੰ ਵੋਟਾਂ ਪ ਸੋਚਦੇ ਤਾਂ ਹੈ ਨੇ ਵੀ ਜਿਹੜਾ ਬੰਦਾ ਝੂਠ ਬੋਲ ਰਿਹਾ ਇਹ ਸਿਰੇ ਵੀ ਲੱਗ ਜੂਗਾ ਕਿ ਨਹੀਂ ਲੱਗੂ ਇਹ ਕੰਮ ਹੋਣ ਵਾਲਾ ਵੀ ਕਿ ਨਹੀਂ ਹੋਣ ਵਾਲਾ ਜਿਵੇਂ ਪਿਛਲੀ ਵਾਰ ਕੈਪਟਨ ਸਾਹਿਬ ਨੇ ਦੋ ਤਿੰਨ ਵੱਡੇ ਝੂਠ ਬੋਲਤੇ ਉਹਦੇ ਦਾਵਾ ਦਾ ਵੋਟਾਂ ਪਾਤੀਆਂ ਹੁਣ ਫਿਰ ਮੁੜ ਕੇ ਥੋੜੇ ਚਿਰ ਬਾਅਦ ਗਾਂ ਕਢਣ ਲੱਗੇ ਵੀ ਪੂਰੇ ਨੇ ਕਿਉਂਕਿ ਪਤਾ ਤਾਂ ਸੀਗਾ ਵੀ ਪੂਰੇ ਨਹੀਂ ਹੋਣੇ ਉਦੋਂ ਵੀ ਪਤਾ ਹੀ ਸੀ ਜਿੱਦ ਦੇ ਝੂਠ ਬੋਲ ਰਿਹਾ ਸੀ ਉਹ ਵੀ ਇਹ ਚੀਜ਼ਾਂ ਪੂਰੀਆਂ ਹੋਣ ਵਾਲੀਆਂ ਨੇ ਹੁਣ ਐਵੇਂ ਜੇ ਕੀ ਇਹਨਾਂ ਨੇ ਝੂਠ ਬੋਲਤੇ ਲਗਾ ਆਮ ਆਦਮੀ ਪਾਰਟੀ ਨੇ ਝੂਠ ਬੋਲਿਆ 100% ਹੀ ਝੂਠ ਬੋਲਿਆ ਤੇ ਥੋੜੇ ਸਾਹਮਣੇ ਆਉਣਾ ਸਾਰਾ ਗੱਲ ਜਿਹੜੇ ਐਲਾਨ ਹੋ ਰਹੇ ਐ ਐਂਟੀ ਕਰਪਸ਼ਨ ਵਾਲਾ ਜਾਂ 1000 ਰੁਪਏ ਵਾਲਾ ਚਲੋ ਹਜੇ ਐਲਾਨ ਨਹੀਂ ਹੋਇਆ ਐਂਟੀ ਕਰਪਸ਼ਨ ਵਾਲਾ ਐਲਾਨ ਹੋ ਗਿਆ ਹੋਰ ਬਹੁਤ ਸਾਰੇ ਐਲਾਨ ਜਿਹੜੇ ਭਗਵੰਤ ਸਿੰਘ ਮਾਨ ਨੇ ਕੀਤੇ ਦੇਖੋ ਜਿਹੜੇ ਐਲਾਨ ਹੈ ਐਲਾਨ ਸਾਡੀ ਸਰਕਾਰ ਵੀ ਦੋ ਵਾਰੀ ਆਈ ਉਦੋਂ ਵੀ ਸਾਰਾ ਐਸੀਆਂ ਕਰ ਦਾਂਗੇ ਸਭ ਨੂੰ ਫੜਾਂਗੇ ਪਰ ਇਹ ਚੱਲਦਾ ਰਹਿੰਦਾ ਵਿੱਚੇ ਹੁਣ ਵੀ ਇਹਨਾਂ ਨੂੰ ਨਵੀਂ ਨਵੀਂ ਸਰਕਾਰ ਆ ਹਲੇ ਬੱਸ ਸਟਾਪ ਨੰਬਰ ਦੇਤਾ ਟੈਲੀਫੋਨ ਨੰਬਰ ਪਹਿਲਾਂ ਵੀ ਹੈਗੇ ਦੋ ਹੁਣ ਹੋਰ ਦੇਤਾ ਉਹ ਵੀ ਚੰਗੀ ਗੱਲ ਮੈਂ ਕਹਿੰਦਾ ਕਰਪਸ਼ਨ ਹਟਾਉਣਾ ਚੰਗੀ ਗੱਲ ਆ ਬੜੀ ਚੰਗੀ ਗੱਲ ਆ ਪਰ ਢਾਲੇਵਾਲ ਸਾਹਿਬ ਆਪਾਂ ਇੱਥੇ ਬੈਠੇ ਆ ਤੁਸੀਂ 6 ਮਹੀਨੇ ਬਾਅਦ ਮੇਰੀ ਇੱਕ ਵਾਰੀ ਫੇਰ ਇੰਟਰਵਿਊ ਲਿਓ ਅੱਗੇ ਆਪਾਂ ਇਕੱਠੇ ਹੋਵਾਂਗੇ ਫੇਰ ਇਹ ਨਕਸ਼ਾ ਬਦਲਿਆ ਹੋਏਗਾ ਜਿਹੜੀ ਅੱਜ ਗੱਲ ਆ ਇਹ ਨਹੀਂ ਹੋਣੀ 6 ਮਹੀਨਿਆਂ ਨੂੰ ਚੇਂਜ ਹੋਈ ਹੋਏਗੀ ਤੁਹਾਡੇ ਸਾਹਮਣੇ ਆ ਪਤਾ ਕਿੰਨਾ ਪੈਸਾ ਚਾਹੀਦਾ 10000 ਰੁਪਏ ਦੇ ਹਜ਼ਾਰ ਲਈ 16000 ਕਰੋੜ ਆਜੂਗਾ 16000 ਕਰੋੜ ਪੰਜਾਬ ਦੀ ਸਿੱਧੀ ਹੈਗੀ 16000 ਕਰੋੜ ਉਹ ਕਹਿੰਦੇ ਰੇਟ ਮਾਫੀਆ ਬੰਦ ਕਰਾਂਗੇ ਸੁਣ ਲੋ ਨਾ 300 300 ਜੂੰਟ ਬਿਜਲੀ ਦੇ ਨਾਲ 4.5 4000 ਕਰੋੜ ਉਹਦੇ ਚਾਹੀਦਾ ਕਿੱਥੋਂ ਆਜੂਗਾ ਪੈਸਾ ਇੰਨਾ ਪੈਸਾ 9000 10000 ਕਰੋੜ ਤਾਂ ਪਹਿਲਾਂ ਹੀ ਦੇਣਾ ਬਿਜਲੀ ਬੋਰਡ ਦਾ ਇਹ ਨਾ ਉਹ ਤੇ ਹੋ ਜੂਗਾ ਬਿਜਲੀ ਪਹਿਲਾਂ ਹੀ ਹੈ ਨੇ ਇਹਨਾਂ ਕੋਲੇ 16 16 ਰੁਪਏ ਪਹਿਲਾਂ ਜਿਹੜੇ ਸਾਨੂੰ ਛੇਡਾ ਕਰਦੇ ਕਹਿੰਦੇ ਹੁੰਦੇ ਸੀ ਇਹਨਾਂ ਨੇ ਠੱਗੀ ਮਰਵਾਤੀ ਜੀ ਤੇ ਨਾਲ ਥਰਮਲਾਂ ਦੀ ਮਹਿੰਗੀ ਬਿਜਲੀ ਲੈ ਲਈ 3 ਰੁਪਏ ਵਾਲੇ ਨੂੰ ਤਾਂ ਮਹਿੰਗੀ ਦੱਸਦੇ ਸੀ ਤੇ ਅੱਜ 17 17 ਰੁਪਏ ਲੈ ਰਹੇ ਆ 5 ਸਾਲ ਕਿਸੇ ਨੇ ਪੈਦਾ ਨਹੀਂ ਕੀਤੀ ਬਿਜਲੀ ਅੱਜ 17 ਰੁਪਏ ਖਰੀਦ ਰਿਹਾ ਭਾਈ ਜੀ ਬਿਜਲੀ ਗਵਰਨਮੈਂਟ ਜਿਹੜੀ ਮੌਜੂਦਾ ਪਰ ਫਿਰ ਵੀ ਪੂਰੀ ਨਹੀਂ ਹੋਣੀ ਕਿਉਂਕਿ ਸਾਰੇ ਸਾਧਨ ਹਿਚੋ ਕੇ ਇਹਨਾਂ ਕੋਲ 11000 ਮੀਗਾਵਾਟ ਬਿਜਲੀ ਹੈ ਸਾਰੇ ਸਾਧਨ ਫੁੱਲ ਕੈਪੈਸਿਟੀ ਤੇ ਆ ਜਾਣ ਤਾਂ ਜਿਹੜੇ ਕਿ ਆਉਂਦੇ ਨਹੀਂ ਹੁੰਦੇ ਕਦੇ ਫੁੱਲ ਕੈਪੈਸਿਟੀ ਤੇ ਤੇ 16000 ਦੀ ਮੰਗ ਚਲੀ ਜਾਂਦੀ ਹੈ ਗਰਮੀਆਂ ਚ 에어 ਕੀ ਪਤਾ ਨਹੀਂ ਵੱਧ ਜਾਊਗੀ ਘਟ ਜਾਊਗੀ ਮੀਂਹ ਉਹ ਜਿਆਦਾ ਪੈਗੇ ਤਾਂ ਕੁਛ ਨਹੀਂ ਤੇ ਠੀਕ ਰਹਿ ਜਾਊਗੀ ਜੇ ਕਿਤੇ ਮੀਂਹਾਂ ਦੀ ਥੋੜੀ ਜੀ ਘਾਟ ਰਹੇਗੀ ਤੁਸੀਂ ਹਾਲਤ ਬਹੁਤ ਗਰਮੀਆਂ ਦੇ ਵਿੱਚ ਆਉਣ ਵਾਲੇ ਚ ਗੰਭੀਰ ਹੋਏਗੀ ਬਿਜਲੀ ਦੇ ਖਾਸ ਕਰਕੇ ਮਾਮਲੇ ਵਿੱਚ ਤੂ ਬੈਲਾ ਨੂੰ ਵੀ ਤਾਂ ਕਹਿੰਦੇ 10 ਘੰਟੇ ਦੇਵਾਂਗੇ 8 ਕੀ 6 8 ਵੀ ਨਹੀਂ ਦਿੱਤੀ ਜਾਨੀ 6 ਮਸਾਂ ਦੇ ਪਰ ਆਮ ਆਦਮੀ ਪਾਰਟੀ ਵੀ ਬੜਾ ਵੱਡਾ ਦਾਵਾ ਕਰਦੀ ਜਦੋਂ ਸੌ ਚੁੱਕ ਸਮਾਗਮ ਵੀ ਹੋਇਆ ਖੜਕੜ ਕਲਾ ਹੋਇਆ ਉਹ ਕਹਿੰਦੇ ਵੀ ਭਗਤ ਸਿੰਘ ਦੀ ਸੋਚ ਦੇ ਸੀ ਪਹਿਰਾ ਦੇਣਾਗਾ ਡਾਂਕੇ ਦੀ ਚੋਟ ਤੇ ਪਹਿਰਾ ਦੇਣਾਗਾ ਨਹੀਂ ਪਹਿਰਾ ਕਿਵੇਂ ਦੇਣਗੇ ਧਾਲੀਵਾਲ ਸਾਹਿਬ ਪਹਿਲਾਂ ਤੇ ਆਦੇ ਸੀ ਅਸੀਂ ਵਲੰਟੀਅਰਾਂ ਨੂੰ ਅੱਗੇ ਰੱਖਾਂਗੇ ਸਾਡਾ ਵਲੰਟੀਅਰ ਹੀ ਸਭ ਕੁਝ ਹੈ ਸਾਡੇ ਵਲੰਟੀਅਰ ਤੋਂ ਬਾਹਰ ਅਸੀਂ ਜਾਣਾ ਨਹੀਂ ਕਿੰਨੀਆਂ ਟਿਕਟਾਂ ਦਿੱਤੀਆਂ ਨੇ ਸਾਡਿਆਂ ਚੋਂ ਭੱਜਿਆਂ ਨੂੰ ਕਾਂਗਰਸ ਚੋਂ ਭੱਜਿਆਂ ਨੂੰ ਜਾਂ ਹੋਰ ਕਿਸੇ ਪਾਸੇੋਂ ਆਇਆਂ ਨੂੰ ਕਿੰਨੀਆਂ ਟਿਕਟਾਂ ਦਿੱਤੀਆਂ ਕਿੰਨੀਆਂ ਟਿਕਟਾਂ ਦਿੱਤੀਆਂ ਨੇ ਜਿਨ੍ਹਾਂ ਤੇ ਦੋਸ਼ ਹੈ ਕ੍ਰਾਪਸ਼ਨ ਦੇ ਸਿੱਧੇ ਦੋਸ਼ ਹੈ ਕ੍ਰਾਪਸ਼ਨ ਦੇ ਪਰਚੇ ਦਰਜ ਹੋਏ ਹੋਏ ਆ ਉਹ ਕਿੰਨੀਆਂ ਟਿਕਟਾਂ ਉਹਨਾਂ ਲੋਕਾਂ ਨੂੰ ਦਿੱਤੀਆਂ ਨੇ ਉਹ ਟਿਕਟਾਂ ਦੇ ਕੇ ਫਿਰ ਸਰਟੀਫਿਕੇਟ ਦਿੱਤਾ ਉਹਨਾਂ ਨੂੰ ਵੀ ਤੁਸੀਂ ਠੱਗੀਆਂ ਮਾਰੋ ਜਾਂ ਲੁੱਟਾਂ ਖੋਹਾਂ ਕਰੋ ਆ ਤੁਹਾਨੂੰ ਅਸੀਂ ਸਰਟੀਫਿਕੇਟ ਦਿੰਨੇ ਆ ਇਹ ਕਿੰਨੇ ਹੀ ਬੰਦੇ ਇਹ ਜੇ ਤੇ ਉਹ ਬੰਦਿਆਂ ਨੂੰ ਫਿਰ ਸਾਫ਼ ਸੁਥਰੇ ਕਿਵੇਂ ਕਰਨਗੇ ਜਿਹੜੇ ਬੰਦਿਆਂ ਤੇ ਪਹਿਲਾਂ ਹੀ ਦੋਸ਼ ਨੇ ਕ腐ਪਸ਼ਨ ਦੇ ਓਪਨਲੀ ਦੋਸ਼ ਨੇ ਉਹਨਾਂ ਨੂੰ ਸਾਫ਼ ਸੁਥਰੇ ਕਿਵੇਂ ਕਰਨਗੇ ਮੈਂ ਤਾਂ ਕਹਿੰਦਾ ਚੰਗਾ ਵਧੀਆ ਰਾਜ ਪ੍ਰਬੰਧ ਦੇਣ ਕਟੋਕੜ ਮੈਂ ਜ਼ਰੂਰ ਕਹੂੰਗਾ ਚੰਗਾ 6 ਮਹੀਨੇ ਵਾਦਾ ਆਪਾਂ ਮਿਲਾਂਗੇ ਜੇ ਰਾਜ ਪ੍ਰਬੰਧ ਚੰਗਾ ਚੱਲ ਗਿਆ 6 ਮਹੀਨੇ ਤੇ ਮੈਂ ਕਹੂੰਗਾ ਚੰਗਾ ਭਗਤ ਸਿੰਘ ਦੀ ਸੌਂ ਖਾਣ ਨਾਲ ਤਾਂ ਸਾਰਾ ਕੁਝ ਨਹੀਂ ਸਾਫ਼ ਹੋ ਜਾਂਦਾ ਭਗਤ ਸਿੰਘ ਦੀ ਸੌਂ ਤਾਂ ਬਹੁਤ ਲੋਕਾਂ ਨੇ ਖਾਧੀ ਆ ਮਨਪ੍ਰੀਤ ਵੀ ਖਾ ਕੇ ਆਇਆ ਸੀ ਉੱਥੇ ਜਾ ਕੇ ਖੜਕੜ ਕਰਾਂ ਮਿੱਟੀ ਨੂੰ ਮੱਥੇ ਨੂੰ ਲਾ ਕੇ ਆਇਆ ਸੀ ਤੇ ਫਿਰ ਉਦੋਂ ਬਾਅਦ ਬੇਸ਼ੰਦੇ ਚ ਕਰਪਗਵਾਨ ਸਿੰਘ ਮਨ ਉਹੀ ਗੱਲ ਕਰਦੇ ਨੇ ਵੀ ਮੈਂ ਨਹੀਂ ਭੱਜਿਆ ਉਦੋਂ ਹੁਣ ਅੱਜ ਉਹ ਮੁੱਖ ਮੰਤਰੀ ਆ ਆਪਾਂ ਕਹਿੰਦੇ ਉਹਨੂੰ ਕੰਮ ਕਰਨ ਦੀਗੇ ਅੱਜ ਨੁਕਤਾ ਜੀ ਨਹੀਂ ਚੰਗੀ ਨਹੀਂ ਲੱਗਦੀ ਆਪਾਂ ਕੋਈ ਕਰੀਏ ਕਿ ਨਹੀਂ ਆਪਾਂ ਕਹਿੰਦੇ ਉਹ ਸਮਾਂ ਦੇਈਏ ਜੇ ਕੋਈ ਮੁੱਖ ਮੰਤਰੀ ਚੰਗੇ ਕੰਮ ਕਰੂਗਾ ਤਾਂ ਮੈਂ ਤਾਂ ਕਹਿੰਦਾ ਮੈਂ ਤਾਂ ਕਹੂੰਗਾ ਚੰਗਾ ਮੈਂ ਤਾਂ ਕਹੂੰਗਾ ਜੇ ਉਹਨੇ ਚੰਗੇ ਕੰਮ ਕੀਤੇ ਮੈਂ ਕਹਿੰਦਾ ਵਧੀਆ ਜੀ ਸ਼ਾਵਾਸ਼ ਨੇ ਕੀਤੇ ਆ ਪਰ ਜੋ ਸਥਿਤੀਆਂ ਨੇ ਜੋ ਹਾਲਾਤ ਨੇ ਜੀ ਉਹਦੇ ਚ ਨਹੀਂ ਚੱਲ ਨਹੀਂ ਚੱਲਿਆ ਨਹੀਂ ਜਾ ਸਕਦਾ ਜੋ ਜਿੱਥੇ ਸਾਰਾ ਸਿਸਟਮ ਦਰਮਬਰ ਮੀ ਹੈ ਉੱਥੇ ਚੱਲਿਆ ਨਹੀਂ ਜਾ ਸਕਦਾ ਭਗਵਾਨਤਮਾਨ ਦੇ ਤਾਂ ਵਿਚਾਰੇ ਦੇ ਚਾਬੀ ਕਿਤੋਂ ਹੋਰ ਚਲਦੀ ਆ ਆਪਦੇ ਵਾਸ ਹੀ ਨਹੀਂ ਹੈਗਾ ਉਹਦੇ ਤਾਂ ਤੇ ਜਿਹੜੇ ਬੰਦੇ ਦੇ ਆਪ ਦੇ ਵਾਸ ਨਹੀਂ ਹੁੰਦਾ ਕਿ ਤੋ ਹੋਰ ਚਾਬੀ ਚਲਦੀ ਹੋਵੇ ਜਾਂ ਕਿ ਤੋ ਹੋਰ ਹੁਕਮ ਹੁੰਦਾ ਹੋਵੇ ਉਹ ਫਿਰ ਕਿਵੇਂ ਚੱਲੂਗਾ ਬੰਦਾ ਜੀ ਇੰਡੀਪੈਂਡੈਂਟ ਹੈ ਹੀ ਨਹੀਂ ਸਰ ਸਰਦਾਰਾ ਭਗਵੰਤ ਸਿੰਘ ਜੀ ਮੈਂ ਤਾਂ ਕਹਿੰਦਾ ਜਿਹੜੇ ਵਾਅਦੇ ਕੀਤੇ ਆ ਲੋਕਾਂ ਨਾਲ ਪੂਰੇ ਕਰਨ ਤੇ ਜੋ ਹੋਰ ਵੀ ਕੋਈ ਚੰਗੇ ਕੰਮ ਕਰਨੇ ਚਾਹੁੰਦੇ ਆ ਕਰਪਸ਼ਨ ਹਟਾ ਦੇਣੇ ਵੀ ਬਹੁਤ ਵੱਡਾ ਪੁੰਨ ਹੋਊਗਾ ਜੇ ਕਰਪਸ਼ਨ ਹਟਾ ਦੇਣਗੇ ਤੇ ਬਹੁਤ ਵੱਡਾ ਪੁੰਨ ਹੋਊਗਾ ਇਹ ਕਿਸਮ ਦਾ ਪਰ ਸਾਰਾ ਸਿਸਟਮ ਜਿਹੜਾ ਜਿੱਥੇ ਆਇਆ ਵਾ ਇਹ ਲੱਗਦਾ ਨਹੀਂ ਮੈਨੂੰ ਵੀ ਹਰ ਜਾਏਗਾ ਹਰ ਜਾਏਗਾ ਤੇ ਚੰਗਾ ਹੋਏਗਾ ਮੈਂ ਤਾਂ ਕਹੂੰਗਾ ਵੀ ਮੈਂ ਤਾਂ ਸ਼ੀਮੀਨ ਆਵਾਜ਼ ਜੀ ਕਰਾਪਸ਼ਨ ਸ਼ੀਮੀਨੇ ਬੰਦ ਰੱਖਣਗੇ ਘਟੋ ਘਟ 6 ਮਹੀਨਾ ਤੱਕ ਵੀ ਚੱਲ ਗਿਆ ਕੰਮ ਤੇ ਬਾਕੀ ਆ 1000 ਰੁਪਿਆ ਵੀ ਦੇਤਾ 360 ਵੀ ਦੇਤੀ ਹੋਰ ਵੀ ਚੰਗੇ ਕੰਮ ਜਿਹੜੇ ਨੇ ਐਲਾਨ ਕੀਤੇ ਕਹਤੇ ਮੈਂ ਤਾਂ ਤੁਹਾਡੀ ਟੀਮ ਤੇ ਕਹੂੰਗਾ ਵੀ ਭਗਵੰਤ ਮਾਨ ਬੰਨੇ ਪਈ ਬਹੁਤ ਚੰਗੇ ਕੰਮ ਕੀਤੇ ਸ਼ਾਬਾਸ਼ ਤੁਸੀਂ ਕਹਿ ਰਹੇ ਹੋ ਵੀ ਭਗਵੰਤ ਸਿੰਘ ਮਾਨ ਉਹ ਮਸਲੇ ਸੁਲਝਾ ਨਹੀਂ ਸਕਦੇ ਮਸਲੇ ਬੜੇ ਉਲਝੇ ਹੋਏ ਨੇ ਮਸਲੇ ਉਲਝੇ ਕਿਉਂ ਕਾਰਨ ਕੌਣ ਆ ਕਿੰਨਾਂ ਨੂੰ ਨਹੀਂ ਸਾਰਾ ਹੀ ਸਿਸਟਮ ਅੱਜ ਤਾਂ ਨਹੀਂ ਵਿਗੜਿਆ ਪੁਰਾਣਾ ਹੀ ਵਿਗੜਿਆ ਹੈਗਾ ਸਾਰਾ ਸਿਸਟਮ ਸ਼ੁਰੂ ਤੋਂ ਹੀ ਜਿਹੜੀਆਂ ਅਸਲ ਰਵੈਤਾਂ ਬਣਡੀਆਂ ਚਾਹੀਦੀਆਂ ਸੀ ਨਾ ਸਾਡੇ ਦੇਸ਼ ਦੀਆਂ ਕੈਰੇਕਟਰ ਜਿਹਨੂੰ ਆਪਾਂ ਕਹਿੰਦੇ ਆ ਜਿੱਦੀ ਮੈਂ ਗੱਲ ਬਾਹਰਲੇ ਮੁਲਕਾਂ ਦੀ ਕਰਦਾ ਜਿਵੇਂ ਉਹਨਾਂ ਦਾ ਕੈਰੇਕਟਰ ਵੱਡ ਗਿਆ ਉਹਦੇ ਚ ਹੁਣ ਕੋਈ ਬਾਹਰ ਨਹੀਂ ਜਾ ਸਕਦਾ ਜੋਰ ਲਾ ਲੋ ਆਪਣੇ ਬੰਦੇ ਵੀ ਉੱਥੇ ਜਾ ਕੇ ਉਹਨੇ ਹੀ ਸਿਆਣੇ ਹੋ ਜਾਂਦੇ ਆ ਜਿੰਨੇ ਉਹ ਮੁਲਕ ਦੇ ਲੋਕ ਹੈ ਇੱਥੇ ਆ ਕੇ ਨਹੀਂ ਹੁੰਦੇ ਇੱਥੇ ਆ ਕੇ ਆਪਣੇ ਵਰਗੇ ਹੋ ਜਾਂਦੇ ਆ ਕੇ ਉਹ ਗੱਲ ਸਮੇਂ ਦੀ ਆ ਗਈ ਨਾ ਵਿੱਚ ਜਹੇ ਜਹਾਂ ਦੇਸ਼ ਕਿ ਉਹ ਜਾ ਭੇਸ ਉੱਥੇ ਆ ਗਈ ਜੇ ਸਿਸਟਮ ਜਿਹੜਾ ਵਿਗੜਿਆ ਜਿਹੜਾ ਕਾਂਗਰਸ ਨੇ ਵਿਗਾੜਤਾ ਇਹਨੂੰ ਸੂਤ ਕਰਨਾ ਮੇਰੀ ਸਮਝ ਦੇ ਏਡਾ ਸੌਖਾ ਨਹੀਂ ਖਾਲਾ ਜੀ ਦਾ ਬੜਾ ਨਹੀਂ ਚਾਹੀਦਾ ਤੇ ਅਸੀਂ ਜਿਹੜੇ ਪਹਿਲੇ 5 ਸਾਲ ਸੀ ਸਰਕਾਰ ਕੋਈ ਕੰਮ ਨਾ ਕਰਦੀ ਪਹਿਲੇ 5 ਸਾਲ ਪਹਿਲੇ 5 ਸਾਲ ਪਲੈਨਿੰਗ ਬਣਾਉਦੀ ਸਾਰੇ ਮੁਲਕ ਦੀ ਸਾਡੀਆਂ ਸੜਕਾਂ ਕਹੇ ਜੀਆਂ ਹੋਣਗੀਆਂ ਸਾਡੇ ਸਕੂਲ ਕਹੇ ਜੇ ਚਾਹੀਦੇ ਆ ਸਾਡੇ ਹੈਲਥ ਦਾ ਕੀ ਇੰਤਜ਼ਾਮ ਹੋਏਗਾ ਸਾਨੂੰ ਬਿਜਲੀ ਕਿੰਨੀ ਚਾਹੀਦੀ ਹੋਏਗੀ ਉਹ ਸਾਰੇ ਮੁਲਕ ਦਾ ਇੱਕ ਤਾਂ ਨਕਸ਼ਾ ਬਣਾ ਲੰਦੇ ਸਾਰੇ ਉਸੇ ਵੇਲੇ ਆ ਫਿਰ ਆਪਾਂ ਨੂੰ ਲੋੜ ਹੀ ਨਹੀਂ ਸੀ ਪੈਂਦੀ ਕੋਈ ਐਰ ਕਰਨ ਦੀ ਜਾਂ ਹੋਰ ਕਰਨ ਦੀ ਕਲੋਨੀਆਂ ਕੱਟਣ ਦੀ ਆਪੇ ਹੀ ਬਣਿਆ ਹੁੰਦਾ ਸਾਰ ਪਹਿਲਾਂ ਹੀ ਸਾਰਾ ਸਿਸਟਮ ਬਣ ਜਾਂਦਾ ਉਹਦੇ ਪੰਜ ਸਾਲ ਸਾਰੀਆਂ ਸਕੀਮਾਂ ਬਣਾ ਲੈਂਦੇ ਕੋਈ ਕਾਲੀ ਕਰਨ ਦੀ ਲੋੜ ਨਹੀਂ ਸੀ اپੋਜੀਸ਼ਨ ਨੂੰ ਵੀ ਨਾਲ ਲੈ ਲੈਂਦੇ ਉਸ ਵੇਲੇ ਲੋਕਾਂ ਨੂੰ ਚਾ ਸੀਗਾ ਲੋਕੀ ਮੰਨ ਲੈਂਦੇ ਜਿਹੜੀਆਂ ਗੱਲਾਂ ਕਹਿੰਦੇ ਸੀਗੇ ਮੰਨ ਲੈਂਦੇ ਉਸ ਵੇਲੇ ਇੱਕ ਤਾਂ ਇਹ ਸਾਰੀ ਪਲਾਨਿੰਗ ਬਣਾ ਕੇ ਪੰਜ ਸਾਲ ਫਿਰ ਪਲਾਨ ਕਿ ਬਣਾਉਂਦੇ 25 ਸਾਲ 50 ਸਾਲ ਤੇ 100 ਸਾਲ ਇੱਥੇ ਪਲਾਨਿੰਗ ਆ ਪੰਜ ਸਾਲ ਪੰਜ ਸਾਲ ਲੰਘ ਜਾਂਦੇ ਆ ਫਿਰ ਨਵੀਂ ਪਲਾਨਿੰਗ ਸ਼ੁਰੂ ਹੋ ਜਾਂਦੀ ਹੈ ਉਹ ਪਿਛਲੇ ਪਿਛੇ ਰਹਿ ਜਾਂਦੀ ਹੈ ਸਿਰੇ ਨਹੀਂ ਲੱਗਦੀ ਕੋਈ ਕੋਈ ਚੀਜ਼ ਸਾਡੀ ਅੱਜ ਸਹੀ ਨਹੀਂ ਹੈਗੀ ਬਿਜਲੀ ਸਾਡੇ ਕੋਲੇ ਨਹੀਂ ਪੂਰੀ ਸੜਕਾਂ ਸਾਡੀਆਂ ਨਹੀਂ ਵਧੀਆ ਬਣ ਸਕੀਆਂ ਸਕੂਲ ਹਸਪਤਾਲਾਂ ਦਾ ਰੋਜ਼ ਰੌਲਾ ਪੈਂਦਾ ਮੇਰਾ ਮਤਲਬ ਸਾਰਾ ਸਿਸਟਮ ਜਿਹੜਾ ਧਰਮਬਾਰ ਹੋ ਗਿਆ ਇਹਨੂੰ ਦੀਤੇ ਚਲਾਉਣ ਦੀ ਖਾਤਰ ਬੜੇ ਰੋੜੇ ਨੇ ਰਾਹ ਵਿੱਚ ਪਰ ਬੜੇ ਲੋਕ ਇਹ ਵੀ ਕਹਿੰਦੇ ਵੀ ਇਹਦੇ ਲਈ ਬਹੁਤ ਕਿਤੇ ਨਾ ਕਿਤੇ ਕਾਂਗਰਸ ਜਾਂ ਅਕਾਲੀ ਦਲ ਜ਼ਿੰਮੇਵਾਰ ਨੇ ਇਹੀ ਸੱਤਾ ਕਰਦੇ ਆਏ ਨੇ ਪੰਜਾਬ ਦੇ ਉੱਤੇ ਨਹੀਂ ਅਕਾਲੀ ਦਲ ਨਹੀਂ ਜ਼ਿੰਮੇਵਾਰ ਤੇ ਇਹਦੀ ਹੈਗੀ ਕਾਂਗਰਸੀ ਪਰ ਅਸੀਂ ਜਿੰਨਾ ਕੋਸ਼ਿਸ਼ ਕਰ ਸਕਦੇ ਸੀ ਜਿੰਨੇ ਸਾਡੇ ਕੋਲ ਸਾਧਨ ਸੀਗੇ ਕਿਉਂਕਿ ਅਸੀਂ ਇੱਕ ਸੂਬੇ ਦੀ ਪਾਰਟੀ ਆ ਸਾਡਾ ਸੈਂਟਰ ਚ ਨਹੀਂ ਹੈਗਾ ਕੁਝ ਬੇਨਤੀਆਂ ਬੁੰਤੀਆਂ ਨੇ ਕੰਮ ਚਲਾਉਣਾ ਪੈਂਦਾ ਸਾਨੂੰ ਉੱਥੇ ਸੈਂਟਰ ਦੇ ਵਿੱਚ ਭਾਵੇਂ ਕਈ ਵਾਰੀ ਸਾਡੀਆਂ ਸਾਂਝੀਆਂ ਸਰਕਾਰਾਂ ਵੀ ਰਹੀਆਂ ਪਰ ਫਿਰ ਵੀ ਉਹ ਗੱਲ ਨਹੀਂ ਹੁੰਦੀ ਜਿਹੜੀ ਆਪਣੀ ਹੋਵੇ ਕਾਂਗਰਸ ਨੂੰ ਤਾਂ ਪਹਿਲੇ 20 ਸਾਲ ਕੱਲਿਆਂ ਨੂੰ ਰਾਜ ਕਰਨ ਦਾ ਮੌਕਾ ਮਿਲਿਆ ਲਗਾਤਾਰ 20 ਸਾਲ ਕੋਈ ਥੋੜੇ ਨਹੀਂ ਹੁੰਦੇ ਲਗਾਤਾਰ ਤੇ 20 ਸਾਲ ਉਹ ਰਵੈਤਾਂ ਜੇ ਵੜਾ ਜਾਂਦੇ ਤੇ ਤੋੜ ਨਹੀਂ ਸਕਦਾ ਕੋਈ ਉਹਨਾਂ ਨੇ ਬੜਾਈਆਂ ਨਹੀਂ ਰਵੇਤਾ ਦੂਜੇ ਪਾਸੇ ਤੋੜ ਲਿਆ ਸਾਰਾ ਕੰਮ ਆਪਣੇ ਮਾਲਕੀ ਸਮਝ ਲਈ ਸਟੇਟ ਨੂੰ ਤਰੱਕੀ ਵਾਲੇ ਪਾਸੇ ਤੋਂ ਗਏ ਨਹੀਂ ਕੋਈ ਕੋਈ ਉਹਨਾਂ 20 ਸਾਲਾਂ 'ਚ ਮੈਨੂੰ ਕੋਈ ਕੰਮ ਦੱਸ ਦਿਓ ਜਿਹੜਾ ਕੀਤਾ ਹੋਵੇ ਕਾਂਗਰਸ ਸਰਕਾਰ ਨੇ 67 ਤੋਂ ਬਾਅਦ ਹੀ ਸੜਕਾਂ ਬਣਨ ਲੱਗੀਆਂ ਪਿੰਡਾਂ 'ਚ 67 ਤੋਂ ਬਾਅਦ ਹੀ ਸਕੂਲ ਬਣਨ ਲੱਗੇ 67 ਤੋਂ ਬਾਅਦ ਹੀ ਮੰਡੀਆਂ ਬਣਨ ਲੱਗੀਆਂ 67 ਤੋਂ ਬਾਅਦ ਹੀ ਬਿਜਲੀ ਆਉਣ ਲੱਗੀ ਪਿੰਡਾਂ 'ਚ ਉਦੋਂ ਪਹਿਲਾਂ ਤਾਂ ਕੋਈ ਮੈਨੂੰ ਇੱਕ ਚੀਜ਼ ਵਿਖਾ ਦੇ ਉਸ 20 ਸਾਲਾਂ 'ਚ ਕਾਂਗਰਸ ਨੇ ਪਿੰਡਾਂ ਵਾਸਤੇ ਘੱਟੋ-ਘੱਟ ਕੀਤਾ ਹੋਵੇ ਕੋਈ ਜੀ ਜੇ ਜਿਵੇਂ ਹੁਣ ਤੁਹਾਡੀ ਗੱਲ ਕਰ ਲਈ ਨਵੇਂ ਐਮਐਲਏ ਸਾਹਿਬ ਜਿੱਦਣੋਂ ਜਿੱਦੇ ਨੇ ਮੈਂ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਪੋਰਟ ਮਿਲ ਵੀ ਰਹੀ ਹੂ ਚਲੋ ਹਜੇ ਚਾਹੇ ਤੁਹਾਨੂੰ ਜਿੰਨਾ ਤਾਂ ਬੀਖੋ 15 ਕਿ ਦਿਨ ਹੋਇਆ ਨਾ ਤਾਂ ਵਿਚਾਰੇ ਮੈਂ ਐਮਐਲਏ ਤੇ ਕੋਈ ਦੋਸ਼ ਲਾਵਾਂ ਮੈਂ ਤਾਂ ਤੁਹਾਨੂੰ ਕਹਿਤਾ ਮੈਂ ਕਿਸੇ ਤੇ ਦੋਸ਼ ਨਹੀਂ ਲਾਉਂਦਾ ਐਮਐਲਏ ਦਾ ਵੀ ਕੋਈ ਸਾਰੇ ਨਹੀਂ ਹੁੰਦਾ ਐਮਐਲਏ ਦਾ ਕੰਮ ਆਪਣੇ ਹਲਕੇ ਦੇ ਕੰਮ ਕਰਾਉਣੇਗਾ ਸਰਕਾਰ ਕੀ ਸਾਧਨਾ ਸਰਕਾਰ ਕਰਨਾ ਚਾਹੁੰਦੀ ਹੈ ਕਿ ਨਹੀਂ ਚਾਹੁੰਦੀ ਸਰਕਾਰ ਦੀਆਂ ਕੀ ਸਥਿਤੀਆਂ ਨੇ ਪੈਸੇ ਦੀ ਕੀ ਹਾਲਤ ਹੈ ਉਹ ਸਾਰੀਆਂ ਗੱਲਾਂ ਵੇਖ ਕੇ ਅੱਗੇ ਚੱਲਿਆ ਜਾਏਗਾ ਮੈਂ ਉਹ ਨਹੀਂ ਕਹਿੰਦਾ ਡਿਵੈਲਪਮੈਂਟ ਵਾਲੇ ਪਾਸੇ ਤਾਂ ਮੈਨੂੰ ਲੱਗਦਾ ਵੀ ਹਲੇ ਕੋਈ ਸੋਚਿਆ ਹੀ ਨਹੀਂ ਜਾ ਸਕਦਾ ਜੇ ਆਪਾਂ ਕਹੀਏ ਇੱਕ ਜਿਹੜੀਆਂ ਅਸੀਂ ਸਾਰਿਆਂ ਨੇ ਜਿਹਦੇ ਵਿੱਚ ਅਸੀਂ ਵੀ ਦੋਸ਼ੀ ਹੈਗੇ ਥੋੜੇ ਬਹੁਤੇ ਸਾਰਿਆਂ ਨੇ ਅੰਧੀਆਂ ਰੇਤਾਂ ਦੇਣੀਆਂ ਸ਼ੁਰੂ ਕਰ ਲਈਆਂ ਉਹ ਵੀ ਮੈਂ ਕਹਿੰਦਾ ਵੀ ਠੀਕ ਨਹੀਂ ਪੈਸਾ ਕਿੱਥੋਂ ਆਊਗਾ ਜੇ ਅਸੀਂ ਸਾਰੀਆਂ ਰੇਤਾਂ ਹੀ ਦੇਈ ਜਾਵਾਂਗੇ ਫਿਰ ਡਿਵੈਲਪਮੈਂਟ ਕਿੱਥੋਂ ਹੋਊਗੀ ਚਾਹੀਦਾ ਤਾਂ ਵੀ ਅਸੀਂ ਇੱਥੇ ਵੱਧ ਤੋਂ ਵੱਧ ਕੰਮ ਪੈਦਾ ਕਰੀਏ ਸਾਡਾ ਖੇਤੀਬਾੜੀ ਸੂਬਾ ਪ੍ਰਧਾਨ ਹੈ ਇਸ ਖੇਤੀਬਾੜੀ ਆਧਾਰ ਤੇ ਸੰਤਾਂ ਲੱਗਣ ਪੰਜਾਬ ਦੇ ਵਿੱਚ ਜਿਹੇ ਦਾ ਕੋਈ ਖਿੱਤਾ ਉੱਥੇ ਉਹ ਜੀਆਂ ਲੱਗਣ ਸਾਨੂੰ ਮੁਲਕ ਨੂੰ ਜਿਆਦਾ ਸਾਰੇ ਮੁਲਕ ਜੀ ਦੋਸ਼ੀ ਹੈ ਮੈਂ ਤਾਂ ਕਾਂਗਰਸ ਦੋਸ਼ੀ ਕਿਹਾ ਕਿ ਕਾਂਗਰਸ ਦੋਸ਼ੀ ਹੈ ਮੁਲਕ ਨੂੰ ਇੰਡਸਟਰੀਲਾਈਜ਼ ਕਰਨਾ ਚਾਹੀਦਾ ਸੀ ਚਾਈਨਾ ਕਿਵੇਂ ਅੱਗੇ ਲੰਘ ਗਿਆ ਸਾਥੋ ਜੇ ਮੁਲਕ ਨੂੰ ਅਸੀਂ ਇੰਡਸਟਰੀਲਾਈਜ਼ ਕਰ ਲੈਂਦੇ ਸਾਡੇ ਸਾਧਨ ਸਾਰਿਆਂ ਨੂੰ ਵੱਧ ਸਾਧਨ ਸਾਡੇ ਮੁਲਕ ਸੀਗੇ ਇੰਡਸਟਰੀ ਵਾਸਤੇ ਲੇਬਰ ਵੀ ਇੱਥੇ ਵਾਧੂ ਹੈ ਤੇ ਇੱਥੇ ਕੱਚਾ ਮਟੀਰੀਅਲ ਵੀ ਵਾਧੂ ਹੈ ਸਾਡਾ ਕੱਚਾ ਮਟੀਰੀਅਲ ਬਾਹਰ ਜਾਂਦਾ ਰਿਹਾ ਜਾਜਪੁਰ ਪਰ ਅਸੀਂ ਇੱਥੇ ਕਿਉਂ ਨਹੀਂ ਪੈਦਾ ਕੀਤਾ ਜੇ ਲੋਕਾਂ ਨੂੰ ਕੰਮ ਮਿਲ ਜੇ ਫਿਰ ਮੈਨੂੰ ਕਹਿੰਦੇ ਰੇਤਾਂ ਦੇਣ ਦੀ ਲੋੜ ਹੀ ਨਹੀਂ ਹੈਗੀ ਜੇ ਅਸੀਂ ਸਾਰਿਆਂ ਨੂੰ ਕੰਮ ਦੇ ਦਈਏ ਚੰਗੀਆਂ ਨੌਕਰੀਆਂ ਦੇ ਦਈਏ ਫਿਰ ਰੇਤਾਂ ਦੇਣ ਦੀ ਕੀ ਲੋੜ ਹੈ ਤੇ ਰੇਤਾਂ ਦੇ ਕੇ ਤਾਂ ਲੋਕਾਂ ਨੂੰ ਪਖਿਆਰੇ ਜਿ ਬਣਾਉਣ ਵਾਲੀ ਗੱਲ ਆ ਮੰਗਤੇ ਜਿ ਬਣਾਉਣ ਵਾਲੀ ਗੱਲ ਲੋਕੀ ਝਾਕੀ ਜਾਣ ਮੂੰਹ ਕੰਨੀ ਹੁਣ ਜੀ ਸਾਨੂੰ ਮਹੀਨੇ ਦਾ ਰਾਸ਼ਨ ਦੇਣਗੇ ਜੀ ਐਰ ਕੀ ਆਇਆ ਨੇ ਜੀ ਭੁੱਖੇ ਮਰਦੇ ਆ ਜੀ ਸਾਨੂੰ ਅੰਦਰੇਗਾ ਚ ਕੰਮ ਮਿਲਿਆ ਨਹੀਂ ਜੀ ਅਸੀਂ ਬੜੇ ਔਖੇ ਆ ਜੀ ਸਾਨੂੰ ਤਾਂ ਪੂਰੇ ਉਹ ਜਿਹੜੀ ਸਾਰੀਆਂ ਮੰਗਤੇ ਬਣ ਗ ਦਾ ਸਮਝੋ ਇਹ ਕੋਈ ਦਦੇਸ਼ ਦੀ ਤਰੱਕੀ ਵਾਲਾ ਕੰਮ ਤਾਂ ਨਹੀਂਗਾ ਸਾਰੇ ਕੰਮਾਂ ਨੂੰ ਲੋਕਾਂ ਨੂੰ ਕੰਮ ਦੇਣਾ ਪਏਗਾ ਕੰਮ ਦੇਣ ਹੁਣ ਕੈਪਟਨ ਸਾਹਿਬ ਜਾਂਦੇ ਜਾਂਦੇ ਕਰਗੇ ਬੱਸਾਂ ਚ ਇਸਤਰੀਆਂ ਫ੍ਰੀ ਕਰਗੇ ਜਿਹੜੀ ਬੀਬੀ ਲੱਖ ਰੁਪਇਆ ਜਾਂ 50000 ਰੁਪਇਆ ਤਰਖਾ ਲੈਂਦੀ ਹੈ ਮਹੀਨੇ ਦੀ ਕੋਈ 2 ਲੱਖ ਲੈਂਦੀ ਹੈ ਕੋਈ ਢੂੜ ਲੱਖ ਲੈਂਦੀ ਹੈ ਕੋਈ ਲੱਖ ਲੈਂਦੀ ਹੈ ਕੋਈ ਡਾਕਟਰ ਹੈ ਕੋਈ ਪ੍ਰਿੰਸੀਪਲ ਹੈ ਉਹਨਾਂ ਦੇ ਕੀ ਮਤਲਬ ਹੈਗਾ ਬੱਸ ਦਾ ਭਾੜਾ ਮਾਫ ਕਰਨ ਦਾ ਕੋਈ ਜਸਟੀਫਿਕੇਸ਼ਨ ਬਣਦੀ ਉਹ ਜਿਖਾਖੜਾ ਦਾ ਜਾਂਦਾ ਵੀ ਨਹੀਂ ਬਲੂਕਾ ਸਾਹਿਬ ਉਹ ਤਾਂ ਗੱਡੀ ਤੇ ਜਾਊ ਨਹੀਂ ਚਲੋ ਮੇਰਾ ਮਨ ਚੜਦੇ ਵੀ ਹੈ ਲੋਕ ਕਿ ਉਹ ਕਿਉਂ ਕਿਉਂਕਿ ਮਤਲਬ ਕੀ ਹੈ ਉਸ ਗੱਲ ਦੀ ਰਾਹਤ ਦਾ ਐਵੇਂ ਲੋਕਾਂ ਨੂੰ ਬਾਧੂ ਤੁਰਨ ਫਿਰਨ ਲਾ ਦਿਓ ਵੀ ਐਵੇਂ ਜਿਹੜੇ ਫਿਰੂ ਪਹਾੜਾ ਦਾ ਲੱਗਦਾ ਨਹੀਂ ਫਿਰ ਮਤਲਬ ਹਰ ਚੀਜ਼ ਦੀਆਂ ਸਾਨੂੰ ਲੋਕਾਂ ਨੂੰ ਕੰਮ ਨਹੀਂ ਜਿੰਨਾ ਚਿਰ ਲੋਕਾਂ ਨੂੰ ਦੇਵਾਂਗੇ ਇਹ ਸਾਡੀ ਸਮੱਸਿਆ ਹਟੇਗੀ ਨਹੀਂ ਤੇ ਕੰਮ ਅਸੀਂ ਇੰਡਸਟਰੀ ਵਾਲੇ ਪਾਸੇ ਲਿਆ ਕੇ ਦੇਵਾਂਗੇ ਇੰਡਸਟਰੀ ਹਰ ਖੇਤਰ ਚ ਲੱਗੇਗੀ ਤਾਂ ਲੋਕਾਂ ਨੂੰ ਕੰਮ ਮਿਲੇਗਾ ਜੇ ਆਪਾਂ ਕਹਿੰਗੇ ਖੇਤੀ ਨਾਲ ਤਾਂ ਰੋਟੀ ਰੋਟੀ ਜੀ ਖਾ ਸਕਦੇ ਹਾਂ ਹੋਰ ਇਹਦੇ ਚ ਬੜਾ ਕੋਈ ਵੱਡਾ ਕੰਮ ਨਹੀਂ ਹੈ ਜੇ ਤੁਹਾਡੀ ਹਾਰ ਦੀ ਗੱਲ ਕਰਦੇ ਆਂ ਕਦੇ ਇਹ ਵੀ ਤੁਹਾਨੂੰ ਲੱਗਿਆ ਵੀ ਦੋ ਪਰਿਵਾਰਾਂ ਦੀ ਰੰਜਿਸ਼ ਇੱਕ ਪਰਸਨਾਂ ਰੰਜਿਸ਼ ਤੱਕ ਬਣ ਕੇ ਰਹੀਗੀ ਇਹ ਵੀ ਇੱਕ ਕਾਰਨ ਹੋ ਸਕਦਾ ਬੋਲਬਾਣੀ ਵੀ ਕਿਤੇ ਨਾ ਕਿਤੇ ਕਾਰਨ ਹੋ ਸਕਦਾਗਾ ਵੀ ਕਾਂਗੜ ਵਰਸਸ ਮਲੂਕਾ ਹੁੰਦਾ ਰਿਹਾ ਜਾਂ ਦੋ ਪਰਿਵਾਰ ਹੁੰਦੇ ਰਹੇ ਵੀ ਇਹਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਅਮੇਜ ਫੈਕਟਰ ਹੈ ਜਿਹੜੇ ਕਰੈਕਟਰ ਦੀ ਤੁਸੀਂ ਗੱਲ ਕਰਦੋਂ ਵੀ ਕਰੈਕਟਰ ਦੇ ਉੱਤੇ ਕੋਈ ੱੱੱਬਾ ਲੱਗ ਰਿਹਾ ਹੈਗਾ ਨਹੀਂ ਕੋਈ ਇਹੋ ਜੀ ਗੱਲ ਨਹੀਂ ਮੇਰੀ ਸਮਝ ਵੀ ਮੈਂ ਤਾਂ ਕਦੇ ਸੋਚਦਾ ਹੀ ਨਹੀਂ ਹੁੰਦਾ ਵੀ ਸਿਆਸੀ ਬੰਦਿਆਂ ਨੂੰ ਇਹੋ ਜੀਆਂ ਜਾਤੀ ਗੱਲਾਂ 'ਚ ਵੜਲੀਆਂ 'ਚ ਪੈਣੇ ਨਹੀਂ ਚਾਹੀਦਾ ਹੁੰਦਾ ਆਪਣੇ ਲੜਾਈਆਂ ਕ ਪਹਿਲਾਂ ਇੱਥੇ ਸਾਰੇ ਇਲੈਕਸ਼ਨਾਂ ਲੜਦੇ ਹੁੰਦੇ ਸੀ ਕਦੇ ਕੋਈ ਝਗੜੇ ਹੋਏ ਸੀ ਸਿੱਧੂ ਸਾਹਿਬ ਨਾ ਵੀ ਅਸੀਂ ਇਲੈਕਸ਼ਨ 99 ਵਿੱਚ ਵੀ ਇਲੈਕਸ਼ਨ ਲੜਿਆ 97 ਫਿਰ ਕੋਈ ਝਗੜਾ ਕਿਤੇ 5 ਸਾਲਾਂ ਚ ਵਿਖਾ ਦਿਓ ਫਿਰ ਮੈਂ 97 ਚ ਲੜਿਆ 2002 ਤੱਕ ਕਿਤੇ ਕੋਈ ਝਗੜਾ ਵਿਖਾ ਦਿਓ ਸਿੱਧੂ ਸਾਹਿਬ ਨਾ ਜਾਂ ਮਾਸਟਰ ਬਾਵਾ ਸਿੰਘ ਨਾ ਜਾਂ ਕਿਸੇ ਨਾ ਹੋਰ ਮਾਸਟਰ ਬਾਵਾ ਸਿੰਘ ਵੀ ਸਾਡੇ ਨਾਲ ਸੀਗੇ ਇਲੈਕਸ਼ਨ ਦੇ ਵਿੱਚ ਵੀ ਉਹ ਉਹਦੇ ਉਹਦੇ ਬੇਟੇ ਨੇ ਲੜੀ ਪਹਿਲਾਂ ਉਹਨਾਂ ਨੇ ਲੜੀ 99 ਵਿੱਚ ਉਹਨਾਂ ਨੇ ਲੜੀ ਫਿਰ ਬਾਅਦ ਚ ਉਹਦੇ ਬੇਟੇ ਨੇ ਲੜੀ ਮਾਸਟਰ ਬਾਵਾ ਸਿੰਘ ਨੇ ਕੋਈ ਸਾਡੇ ਝਗੜੇ ਵਿਖਾ ਦਿਓ ਕਿਤੇ ਇਕੱਠੇ ਉਹ ਉਹਨਾਂ ਦੇ ਸਿੱਧੂ ਸਾਹਿਬ ਦੇ ਇਹ ਜਦੋਂ ਦੇ 2002 ਚ ਕਾਂਗਰਸ ਆਬ ਆਇਆ ਇਹ ਸਾਰੇ ਝਗੜੇ ਤੇ ਸਾਰਾ ਜਿਹੜਾ ਕਲੇਸ਼ ਪੈਸੇ ਦਾ ਸ਼ਰਾਬ ਦਾ ਇਹ ਉਦੋਂ ਸ਼ੁਰੂ ਹੋਇਆ ਉਹ ਤੋਂ ਪਹਿਲਾਂ ਆਪਣੇ ਹਲਕੇ 'ਚ ਨਹੀਂ ਸੀ ਹੁੰਦਾ ਫਿਰ ਤੁਸੀਂ ਹਿਸਾਬ ਲਾ ਲਓ ਵੀ ਕਿਹਨੇ ਸ਼ੁਰੂ ਕੀਤਾ ਜੇ ਮੈਂ ਸ਼ੁਰੂ ਕਰਦਾ ਤਾਂ ਫਿਰ ਮੈਂ ਪਹਿਲਾਂ 97 'ਚ ਹੀ ਕਰ ਦਿੰਦਾ ਜਾਂ ਮੈਂ 98 'ਚ ਹੀ ਕਰ ਦਿੰਦਾ ਤੇ 2002 ਸ਼ੁਰੂ ਹੋਇਆ ਉਹ ਤੋਂ ਪਹਿਲਾਂ ਨਹੀਂ ਹੁੰਦਾ ਸੀ ਡਾ ਢਿੱਲੋਂ ਸਾਹਿਬ ਨੇ ਕੀਤਾ ਕਦੇ ਨਾ ਸਿੱਧਾ ਮਾਸਟਰ ਬਾਵਾ ਉਸ ਨੇ ਕੀਤਾ ਨਾ ਸਿੱਧੂ ਸਾਹਿਬ ਨੇ ਕੀਤਾ ਬڑے ਲੋਕੇ ਵੀ ਆ ਤੁਹਾਨੂੰ ਤੁਹਾਡੇ ਕੋਲੇ ਵੀ ਆਉਂਦੇ ਹੋਣਗੇ ਦੱਸਦੇ ਹੋਣਗੇ ਇਹ ਕਿ ਜਿਹੜਾ ਕਿਹਾ ਜਾਂਦਾ ਵੀ ਸਿਕੰਦਰ ਸਿੰਘ ਮਲੂਕਾ ਇਹ ਖੜਵੇ ਸੁਭਾਅ ਦੇ ਨੇ ਜਾਂ ਤਿੱਖੇ ਸੁਭਾਅ ਦੇ ਨੇ ਜਿਹੜਾ ਨੇਚਰ ਆ ਉਹਨਾਂ ਦਾ ਉਸ ਨੂੰ ਲੈ ਕੇ ਜਿਹੜੀਆਂ ਗੱਲਾਂ ਹੁੰਦੀਆਂ ਵੈਸੇ ਤੁਸੀਂ ਔਰ ਥੋੜਾ ਅਸਲ ਲੈਨੇ ਹੋ ਉਹ ਵੀ ਧਾਲੀ ਵਾਲੇ ਇੱਕ ਪ੍ਰਚਾਰ ਕਰਤਾ ਹੈ ਮਲੂਕਾਂ ਨੇ ਕੋਈ ਕੋਈ ਬੰਦਾ ਪੇਸ਼ ਕਰ ਸਕਦੇ ਵੀ ਜਿਹਨੂੰ ਕੁਝ ਖੜਵੇ ਸੁਭਾਅ ਦਾ ਕਿਸੇ ਨੂੰ ਕੁਝ ਕਿਹਾ ਹੋਵੇ ਕਿਸੇ ਦੀ ਬੇਇੱਜ਼ਤੀ ਕੀਤੀ ਹੋਵੇ ਜਾਂ ਕਿਸੇ ਦੇ ਗੱਲ ਪਏ ਹੋਵੇ ਇਹ ਤਾਂ ਗੱਲ ਜ਼ਰੂਰ ਹੈ ਕਿ ਝੂਠ ਨਹੀਂ ਬੋਲਿਆ ਜਾਂਦਾ ਦੇਵੇਂ ਲਾਰੇ ਹੁਣ ਕਾਂਗਰਸ ਸਾਹਿਬ ਉਹ ਤੋਂ ਸੌ ਪਵਾਲਾ ਜਦੋਂ ਮਰਜ਼ੀ ਇੱਕ ਵਾਰੀ ਪਵਾਲਾ ਫਿਰ ਦੂਜੀ ਲੋਟ ਪਵਾਲਾ ਉਸੇ ਕੰਮ ਦੀ ਸੌ ਦੋਨੇ ਪਾਸੇ ਬਾਦ ਲਣਗੇ ਮੈਂ ਜ਼ਿੰਦਗੀ ਸੌਂ ਕਿਤੇ ਪਾ ਕੇ ਨਹੀਂ ਵੇਖੀ ਅੱਜ ਤੱਕ ਮੈਂ ਕਹਿੰਦਾ ਮੇਰੀ ਜ਼ਬਾਨ ਤੇ ਤਵਾਰਾ ਤ ਕਰ ਲੋ ਨਹੀਂ ਕਰਨਾ ਤ ਨਾ ਕਰੋ ਤੁਹਾਡੀ ਮਰਜ਼ੀ ਆ ਹਾਂ ਮੈਂ ਜੈਸਨੋਚ ਹੈਗਾ ਜਿਹੜਾ ਕੰਮ ਹੋ ਸਕਦਾ ਮੈਂ ਇੱਕ ਮਿੰਟ ਚ ਕਹਿ ਦੂ ਕਾਕਾ ਹੋ ਜਾਊਗਾ ਘਰੇ ਜਾ ਆਪਦੇ ਆਰਾਮ ਨਾਲ ਤੈਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ ਜਿਹੜਾ ਨਹੀਂ ਹੋ ਸਕਦਾ ਮੈਂ ਕਹਿੰਦਾ ਮੇਥੋਂ ਹੁੰਦਾ ਨਹੀਂ ਇਹ ਕੰਮ ਹੋਣਾ ਨਹੀਂ ਭਾਈ ਉਹਦੇ ਚ ਕਈ ਵਾਰੀ ਲੋਕੀ ਜਿਹਾ ਮੈਂ ਤਾਂ ਕੋਰਾ ਜਵਾਬ ਦੇਤਾ ਜੀ ਇਹ ਚਿੱਟਾ ਹੀ ਜਵਾਬ ਦੇਤਾ ਜੀ ਉਹਦੇ ਤੇ ਨਾਰਾਜ਼ ਵੀ ਹੋ ਜਾਂਦੇ ਕਈ ਵਾਰੀ ਇਸ ਗੱਲ ਦੇ ਉੱਤੇ ਸੱਚੀ ਗੱਲ ਦੇ ਉੱਤੇ ਤੇ ਨਾਲਦਿਆਂ ਨੂੰ ਲੈ ਕੇ ਨਾਲਦਿਆਂ ਨੂੰ ਲੈ ਕੇ ਵੀ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਪੈਸੇ ਮੰਗਣ ਆਏ ਆ ਨਾਲਦਿਆਂ ਨੂੰ ਲੈ ਕੇ ਵੀ ਵੀ ਨਾਲ ਦੇ ਵੀ ਆ ਗਏ ਨਹੀਂ ਦੋਸਤ ਦੋਸਤ ਮਿੱਤਰਾਂ ਨੇ ਮੇਰੀ ਬਹੁਤ ਮਦਦ ਕੀਤੀ ਆ ਸ਼ੁਰੂ ਤੋਂ ਲੈ ਕੇ ਹਰ ਖੇਤਰ ਚ ਮਦਦ ਕੀਤੀ ਆ ਚਾਹੇ ਸੀ ਜੇਲਾਂ ਚ ਜਾਣਾ ਹੋਵੇ ਬੰਦੇ ਨਾਲ ਦੇ 30 40 40 ਸਾਲ ਦੇ 45 45 ਸਾਲ ਦੇ ਉਵੇਂ ਖੜੇ ਨੇ ਬੰਦੇ ਡੱਟੇ ਖੜੇ ਨੇ ਬਹੁਤ ਘੱਟ ਬੰਦੇ ਨੇ ਜਿਹੜੇ ਮੇਰੇ ਨਾਲ ਨਾਰਾਜ਼ ਹੋ ਕੇ ਮੈਥੋਂ ਗਏ ਨੇ ਜਾਂ ਪਾਸੇ ਹੋਏ ਨੇ ਦੋਸਤ ਮੈਂ ਬਹੁਤ ਘੱਟ ਹੁੰਦਾ ਕਿ ਰੁੱਸਣ ਨਹੀਂ ਦਿੰਦਾ ਜੇ ਮੈਂ ਦੱਸਿਆ 27 ਸਾਲ ਮੈਂ ਜਿਲ੍ਹੇ ਦਾ ਪ੍ਰਧਾਨ ਰਿਆ ਸਰਬਸੰਮਤੀ ਨਾਲ ਕਦੇ ਕੋਈ ਬੰਦਾ ਰੁੱਸਣ ਨਹੀਂ ਸੀ ਦਿੰਦਾ ਉਹ ਇਸ ਕਰਕੇ ਮੇਰੇ ਵੱਲੋਂ ਤਾਂ ਹੁੰਦਾ ਕਿ ਹਰ ਤਰ੍ਹਾਂ ਹੀ ਰਹੇ ਹਾਂ ਮੈਂ ਉਹ ਨਹੀਂ ਗੱਲ ਕਰਦਾ ਜਿਹੜੇ ਦੋਸਤ ਮਿੱਤਰਾਂ ਉਹਨਾਂ ਦੀ ਮੈਨੂੰ ਕੋਈ ਸ਼ਿਕਾਇਤ ਨਹੀਂ ਹੈਗੀ ਉਹ ਤਾਂ ਸਾਰੇ ਠੀਕ ਨੇ ਜਦੋਂ ਇਲੈਕਸ਼ਨ ਲੜਦੇ ਆ ਉਦੋਂ ਸਾਰੇ ਦੋਸਤ ਮਿੱਤਰ ਨਹੀਂ ਨਾ ਹੁੰਦੇ ਉਹ ਤਾਂ ਵਰਕਰ ਵੀ ਹੁੰਦੇ ਆ ਤੇ ਦੋਸਤ ਵੀ ਹੁੰਦੇ ਆ ਤੇ ਆਮ ਵੋਟਰ ਵੀ ਹੁੰਦੇ ਆ ਉਹ ਤਾਂ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਉਹਨਾਂ ਦੀ ਗੱਲ ਕਰਦਾ ਮੈਂ ਬੰਦਿਆਂ ਦੀ ਜਿਹੜਾ ਕਿ ਜਦੋਂ ਇਲੈਕਸ਼ਨ ਦੇ ਵਿੱਚ ਹੁੰਦਾ ਵੀ ਇਹੇ ਜਿਹੇ ਬੰਦੇ ਵੀ ਇਲੈਕਸ਼ਨਾਂ ਦੇ ਵਿੱਚ ਸਾਨੂੰ ਟੱਕਰਦੇ ਆ ਜਿਹੜੇ ਕਿ ਚੰਗੇ ਭਲੇ ਹੁੰਦੇ ਆ ਸਾਨੂੰ ਦਿਖਦੇ ਵੀ ਇਹ ਚੰਗੇ ਭਲੇ ਆ ਇਹਨਾਂ ਨੂੰ ਕੋਈ ਹੈ ਨਹੀਂ ਕੋਈ ਤਮੰਨਾ ਕੋਈ ਪੈਸੇ ਤੇ ਲਾਲਚ ਆਲੀ ਗੱਲ ਵੀ ਕਮਜ਼ੋਰੀ ਦੀ ਹੈ ਨਹੀਂ ਪਰ ਉਹ ਕਮਜ਼ੋਰੀ ਦਿਖਾਉਂਦੇ ਨੇ ਜਿਹੜੀ ਕੋਈ ਜਿਵੇਂ VOTER ਦੀ ਗੱਲ ਹੀ ਆ ਗਈ ਵੀ 1000 ਰੁਪਏ ਨੇ ਕੀ ਹੁੰਦਾ ਤੁਸੀਂ ਸਮਝ ਲਓ ਵੀ 1000 ਰੁਪਏ ਬੋਟ ਦਾ ਲੈ ਲਿਆ ਜਾਂ 2 ਲੈ ਲਿਆ ਉਹਦੇ ਨਾਲ ਕਿੰਨਾ ਕਿ ਟਾਈਮ ਟੱਪ ਜੂ ਮਹੀਨਾ ਵੀ ਨਹੀਂ ਟੱਪਦਾ ਜੀ ਤੇ ਕਿੱਥੇ ਕੰਮ ਮਿਲਿਆ ਹੋਵੇ ਬੰਦੇ ਨੂੰ ਆਪਦਾ ਕੰਮ ਕਰੇ ਆਰਾਮ ਨਾਲ VOT ਪਾਵੇ ਇਮਾਨਦਾਰੀ ਨਾਲ ਜਿਹੜਾ ਚੰਗਾ ਬੰਦਾ ਉਹਨੂੰ ਪਾਓ ਮੈਂ ਤਾਂ ਕਹਿੰਦਾ ਚੰਗੇ ਬੰਦਿਆਂ ਨੂੰ VOT ਜਿੰਨਾ ਚਿਰ ਨਹੀਂ ਲੋਕੀ ਪਾਉਣੇ ਪਾਉਣ ਲੱਗਣਗੇ ਜਿੰਨਾ ਚਿਰ ਲਾਰਿਆਂ ਚ VOT ਪਾਉਣਗੇ ਝੂਠ ਚ VOT ਪਾਉਣਗੇ ਇੱਥੇ ਇਹੀ ਰਹੇਗਾ ਕੰਮ ਐ ਕਿ ਫਿਰ ਚੰਗਿਆਂ ਨੂੰ ਪੰਨਣੀ ਥਾਲੀਵਾਲ ਸਾਹਿਬ ਸੁਧਰ ਨਹੀਂ ਸਕਦਾ ਚਲੋ ਮੈਂ ਤਾਂ ਕਹਿੰਦਾ ਮੈਂ ਇਹਦੇ ਵਿੱਚ ਕੁਝ ਨਹੀਂ ਫਿਰ ਕਾਂਗਰਸ ਪਾਰਟੀ ਚਲੇ ਗਿਆ ਉਧਰ ਐਸਐਸ ਬੋਰਡ ਦਾ ਮੈਂਬਰ ਰਿਹਾ 8 ਦਿਨ ਪਹਿਲਾਂ ਆ ਕੇ ਆਮ ਆਦਮੀ ਪਾਰਟੀ ਤੋਂ ਟਿਕਟ ਲੈ ਲਈ ਫਿਰ ਆਮ ਆਦਮੀ ਪਾਰਟੀ ਦਾ ਕਰੈਕਟਰ ਹਿੱਲਿਆ ਹੋਇਆ ਕਿ ਇਹਨਾਂ ਦਾ ਹਿੱਲਿਆ ਇੱਕ ਤਾਂ ਕਿਸੇ ਦਾ ਬਦਲੇ ਹੀ ਹੋ ਜਿਹੜੇ ਆਮ ਆਦਮੀ ਪਾਰਟੀਆਂ ਦੇ ਸੀ ਵਲੰਟੀਅਰ ਤਾਂ ਬਨਾ ਸੀ ਤੇ ਕਿਸੇ ਨੂੰ ਵੜ ਨਹੀਂ ਦੇਣਾ ਤੇ 8 ਦਿਨ ਪਹਿਲਾਂ ਆ ਕੇ ਵਲੰਟੀਅਰ ਤਾਂ ਹੈ ਨਹੀਂ ਸੀਗਾ ਉਹਨਾਂ ਦਾ ਬਲਕਾਰ ਬਲਕਾਰ ਸਿੰਘ ਸਿੱਧੂ ਨਾਲ ਮੈਂ ਮੁਲਾਕਾਤ ਕੀਤੀ ਉਹ ਉਹ ਦਾਅਵਾ ਕਰਦੇ ਨੇ ਵੀ ਜਿਹੜੀ ਹਲਕੇ ਦੇ ਵਿੱਚ ਕ腐ਸ਼ਨ ਕੀਤੀ ਆ ਚਾਹੇ ਉਹ ਲੀਡਰਾਂ ਨੇ ਕੀਤੀ ਆ ਜਾਂ ਲੀਡਰਾਂ ਦੇ ਪੀਏ ਨੇ ਕੀਤੀ ਆ ਉਹ ਬਾਹਰ ਕੱਢ ਕੇ ਲੈ ਕੇ ਆਵਾਂਗੇ ਬੜੀ ਚੰਗੀ ਗੱਲ ਆ ਅਸੀਂ ਵੈਲਕਮ ਕਰਾਂਗੇ ਮੈਂ ਤਾਂ ਕਹਿੰਦਾ ਸਾਰੀਆਂ ਇਨਕੁਆਰੀਆਂ ਕਰਾਵੇ ਬਲਕਾਰ ਸਿੰਘ ਸਿੱਧੂ ਬੜੀ ਵਧੀਆ ਹੋਏਗੀ ਸੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਕਲਿਆਏਗਾ ਇਹਨਾਂ ਇਨਕੁਆਰੀਆਂ ਕਰਾ ਦੇਣੀਆਂ ਚਾਹੀਦੀਆਂ ਸਾਰੇ ਕਮਾਂਦੀ ਜਾਂਦੇ ਜਾਂਦੇ ਲਾਸਵਾਲ ਅਕਾਲੀ ਦਲ ਦਾ ਭਵਿੱਖ ਕਿਵੇਂ ਦੇਖਦੇ ਹਾਂ ਬੜੇ ਪ੍ਰਸ਼ਨ ਉੱਠਦੇ ਨੇ ਇਸ ਨੂੰ ਲੈ ਕੇ ਕਿਵੇਂ ਦੇਖ ਰਹੇ ਹਾਂ ਹਾਲਾਂਕਿ ਪ੍ਰਧਾਨ ਸਾਹਿਬ ਨੇ ਅਸਤੀਫਾ ਵੀ ਕਹਿੰਦੇ ਕਿਹਾ ਸੀਗਾ ਪਰ ਜਿਹੜੀ ਦੂਜੀ ਕਮੇਟੀ ਆ ਜਾਂ ਦੂਸਰੇ ਲੋਕ ਨੇ ਪਾਰਟੀ ਦੇ ਵਿੱਚ ਉਹਨਾਂ ਨੇ ਮਨਾ ਕਰ ਦਿੱਤਾਗਾ ਕਿਵੇਂ ਦੇਖਦੇ ਹਾਂ ਭਵਿੱਖ ਵੇਖੋ ਅਕਾਲੀ ਦਲ ਦੇ ਵਿੱਚ ਬੜੇ ਬਾਰੇ ਉਤਰਾ ਚੜਾਏ ਨੇ ਇਹ ਤੋਂ ਪਹਿਲਾਂ ਵੀ ਜੇ ਮੈਂ ਤੁਹਾਨੂੰ ਦੱਸਿਆ 99 ਚ ਤਾਂ ਸਿੱਤੀ ਸਾਰੇ ਤੇ ਜਵਾਨ ਤਾਂ ਹੀ ਜਬਤ ਹੋ ਗਏ ਸੀ ਉਸ ਸਥਿਤੀ ਤੇ ਹੈ ਨਹੀਂ ਐ ਕਿ 49 ਸੀਟਾਂ ਤੇ ਅਸੀਂ ਦੂਜੇ ਨੰਬਰ ਤੇ ਆਏ ਆ ਜੀ ਚਾ ਚਲੋ ਜਿੱਤ ਹੋਈ ਤੇ ਦੂਜੇ ਤੇ ਆਏ ਆ ਜੀ ਪਰ ਫਿਰ ਵੀ ਮੈਂ ਸਮਝਦਾ ਵੀ 17 ਤੋਂ ਬਾਅਦ ਸਾਡੀਆਂ 15 ਆਈਆਂ ਹੁਣ ਜੀ ਚਾਰ ਜਾਂ ਤਿੰਨ ਰਹਿ ਗਈਆਂ ਡਾਉਨ ਤਾਂ ਅਸੀਂ ਆਏ ਆ ਸਾਨੂੰ ਮੰਨ ਲੈਣਾ ਚਾਹੀਦਾ ਲੋਕਾਂ ਚੋਂ ਚਾਹੇ ਨੇਰੀ ਦੇ ਵਿੱਚ ਸਾਰੇ ਰੁੜ ਗਏ ਵੱਡੀਆਂ ਵੱਡੀਆਂ ਹਾਰਾਂ ਸਾਰਿਆਂ ਦੀਆਂ ਹੋਈਆਂ ਨੇ ਵੱਡੇ ਵੱਡੇ ਲੀਡਰ ਵੇਖੋ ਚੰਨੀ ਹਾਰ ਗਿਆ ਦੋਨਾਂ ਥਾਂ ਤੋਂ ਬੀਬੀ ਪੱਠਲ ਮੁੱਖ ਮੰਤਰੀ ਹਾਰ ਗਈ ਬਾਲਸਾ ਵਾਰਗੇ ਕੈਪਟਨ ਲਖਸਾਹਬ ਹਾਰ ਗਏ ਹਾਰਾਂ ਤਾਂ ਵੱਡੀਆਂ ਹੋਈਆਂ ਨੇ ਸਾਰਿਆਂ ਦੀਆਂ ਆ ਮੈਂ ਸਮਝਦਾ ਵੀ ਕਾਲੀ ਦਲ ਮਰਨਾ ਨਹੀਂ ਚਾਹੀਦਾ ਬੰਦਿਆਂ ਦੀ ਗੱਲ ਨਹੀਂ ਸਾਡੀ ਨਹੀਂ ਗੱਲ ਹੈਗੀ ਕੋਈ ਸਾਡਾ ਕੋਈ ਫਰਕ ਨਹੀਂ ਪੈਂਦਾਗਾ ਮੈਂ ਆਪਣੇ ਹਲਕੇ ਜਿਵੇਂ ਤੁਹਾਨੂੰ ਉਹ ਦੱਸਿਆ ਸੀ ਮੈਂ ਹਲਕੇ ਜਿੱਥੇ ਗੁਰਦੁਆਰਾ ਸਾਹਿਬ ਹੀ ਕਹਤਾ ਸੀ ਕਿ ਯਾਰ ਮੈਂ ਥੋੜੀ ਬਹੁਤ ਚਿਰ ਸੇਵਾ ਕਰ ਲਈ ਹੁਣ ਆਪਦਾ ਕੋਈ ਹੋਰ ਬੰਦਾ ਵੇਖ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਹੁਣ ਤੁਹਾਡੇ ਨਾਲ ਰਲ ਕੇ ਚੱਲੂੰਗਾ ਮੇਰਾ ਕੋਈ ਜ਼ਰੂਰੀ ਨਹੀਂ ਹੈ ਇਹਦੇ ਨਾਲ ਚਿਮਟਿਆ ਰਹਿਣਾ ਜੇ ਇਸ ਕੰਮ ਨਾਲ ਤੁਸੀਂ ਆਪਦਾ ਕੋਈ ਬੰਦਾ ਹੋਰ ਜਿਹੜਾ ਮਰਜ਼ੀ ਭਾਲ ਲਓ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਉਹਦੀ ਮਦਦ ਕਰੂੰਗਾ ਜਿਹੜਾ ਮਰਜ਼ੀ ਬੰਦਾ ਲਿਆਓ ਐਵੇਂ ਮੈਂ ਕਹਿੰਦਾ ਕਾਲ ਕਾਲੀ ਦਲ ਨਹੀਂ ਮਰਨਾ ਚਾਹੀਦਾ ਕਾਲੀ ਦਲ ਲੋੜ ਆ ਲੋਕਾਂ ਦੀ ਕਾਲੀ ਦਲ ਲੋੜ ਆ ਸਿੱਖੀ ਵਾਸਤੇ ਕਾਲੀ ਦਲ ਲੋੜ ਆ ਪੰਜਾਬੀਅਤ ਵਾਸਤੇ ਦੁਨੀਆ ਚ ਕਿਤੇ ਵੇਖੋ ਸਾਰੀ ਦੁਨੀਆ ਚ ਸਿੱਖ ਬੈਠੇ ਨੇ ਸਾਰੀ ਦੁਨੀਆ ਚ ਪੰਜਾਬੀ ਬੈਠੇ ਨੇ ਕੋਈ ਖਿੱਤਾ ਨਹੀਂ ਹੋਣਾ ਜਿੱਥੇ ਆਪਣੀ ਕੌਮ ਦਾ ਬੰਦਾ ਨਾ ਹੋਵੇ ਹੋਰ ਕੋਈ ਹੋਵੇ ਨਾ ਹੋਵੇ ਆਪਣੇ ਲੋਕ ਹੈਗੇ ਨੇ ਉਹ ਸਾਰੇ ਪੰਜਾਬ ਵੱਲ ਝਾਕਦੇ ਨੇ ਅਖੀਰ ਹਰਮੰਦਰ ਸਾਹਿਬ ਵੱਲ ਝਾਕਦੇ ਨੇ ਪੰਜਾਬ ਵੱਲ ਝਾਕਦੇ ਨੇ ਇੱਥੋਂ ਦੀ ਇੱਥੇ ਕਾਲੀ ਦਲ ਤਾਂ ਤਕੜਾ ਹੋਣਾ ਚਾਹੀਦਾ ਜੇ ਕਿਤੇ ਕਮੀਆਂ ਰਹਿ ਜਾਂ ਨੇ ਜਾਂ ਕਿਤੇ ਖਾਮੀਆਂ ਰਹਿ ਜਾਂ ਨੇ ਉਹ ਸਾਨੂੰ ਸਾਰਿਆਂ ਨੂੰ ਬੈਠ ਕੇ ਦੂਰ ਕਰ ਲੈਣੀਆਂ ਚਾਹੀਦੀਆਂ ਜਿੱਥੇ ਗਲਤੀਆਂ ਹੋ ਜਾਂ ਉਹ ਸਾਨੂੰ ਮੰਨ ਲੈਣੀਆਂ ਚਾਹੀਦੀਆਂ ਕੋਈ ਫਰਕ ਨਹੀਂ ਪੈਂਦਾ ਹੁੰਦਾ ਮੰਨਣ ਨਾਲ ਸਾਡੀ ਕੌਮ ਤਾਂ ਫਿਰ ਚ ਗਲਤੀਆਂ ਮੰਨ ਲਈਏ ਉਹ ਭੁੱਲਾ ਬਖਸ਼ਾਲਗੇ ਤਾਂ ਬਖਸ਼ ਦਿੰਦੇ ਨੇ ਲੋਕ ਇਹ ਇੱਥੇ ਸਿੱਖ ਕੌਮ ਬਖਸ਼ਣਹਾਰ ਆ ਵੱਡੇ ਵੱਡੇ ਗੱਲਾਂ ਨੂੰ ਬਖਸ਼ਦੀ ਆ ਗੁਰੂ ਵੀ ਸਾਹਿਬ ਵੀ ਬਖਸ਼ਦੇ ਰਹੇ ਆ ਸੋ ਮੈਂ ਤਾਂ ਕਹਿੰਦਾ ਵੀ ਅਕਾਲੀ ਦਲ ਤਾਂ ਤਕੜਾ ਹੋਣਾ ਚਾਹੀਦਾ ਇਹ ਅਸੀਂ ਗੰਭੀਰਤਾ ਨਾਲ ਵਿਚਾਰ ਕਰ ਰਹੇ ਆ ਵੀ ਇਹਨੂੰ ਕਿਵੇਂ ਤਕੜਾ ਕਰ ਸਕਦੇ ਆ ਕਿਵੇਂ ਹੋ ਸਕਦਾ ਹੈਗਾ ਪ੍ਰਧਾਨ ਸਾਹਿਬ ਨੇ ਅਸਤੀਫੇ ਦੀ ਪਾਰਟੀ ਚ ਕੀਤੀ ਹੈ ਦੋ ਤਿੰਨ ਵਾਰੀ ਪੇਸ਼ ਕਿਸ਼ ਮੈਂ ਨਹੀਂ ਕਹਿੰਦਾ ਨਹੀਂ ਕੀਤੀ ਹੈ ਪਰ ਹਾਲੇ ਸਾਨੂੰ ਕੋਈ ਬਦਲ ਵੀ ਨਹੀਂ ਦਿਸਦਾ ਕਿ ਮੂਰੇ ਬਦਲ ਲੱਭ ਜੇ ਕੋਈ ਬਦਲ ਲੱਭ ਜੇ ਤਾਂ ਫਿਰ ਸ਼ਾਇਦ ਉਹ ਵੀ ਹੋ ਜੇ ਪਰ ਐਕਟਿਵ ਪੋਲਿਟਿਕਸ ਤੋਂ ਪਾਸੇ ਹੋ ਗਈ ਪਰ ਜਿੰਨਾ ਚਿਰ ਬਦਲ ਨਹੀਂ ਹੈਗਾ ਉਹਨਾਂ ਚਿਰ ਅਸੀਂ ਕੰਮ ਵੇਖੋ ਜਿੰਨੇ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਆ ਲੋਕਾਂ ਨੇ ਭੰਡਣ ਵਾਲਾ ਤਾਂ ਵੇਖੋ ਭੰਡੀ ਜਾਣਾ ਹੁੰਦਾ ਭੰਡਣੀ ਭੰਡੀ ਜਾਣ ਕੋਈ ਫਰਕ ਨਹੀਂ ਪੈਂਦਾ ਜਿੰਨੇ ਕੰਮ ਪੰਜਾਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਆ ਕਿਸਾਨੀ ਲਈ ਕੀਤੇ ਆ ਡਿਵੈਲਪਮੈਂਟ ਦੇ ਕੰਮ ਕੀਤੇ ਆ ਜਿੰਨੀਆਂ ਯਾਦਗਾਰਾਂ ਸਾਡੀਆਂ ਪੁਰਾਣੇ ਇਤਿਹਾਸ ਦੀਆਂ ਯਾਦਗਾਰਾਂ ਸਾਰੀਆਂ ਉਹ ਗੁਰੂ ਘਰਾਂ ਦੀ ਸੇਵਾ ਸਾਰੇ ਧਾਰਮਿਕ ਸਥਾਨਾਂ ਦੀ ਸੇਵਾ ਪੰਜਾਬ ਦੇ ਪਿੰਡਾਂ ਦੀ ਡਿਵੈਲਪਮੈਂਟ ਸੜਕਾਂ ਮੰਡੀਆਂ ਨਾਜ ਫੋਕਲ ਪੈਂਡੇ ਸਾਰੀਆਂ ਅਕਾਲੀ ਦਲ ਦੀ ਦੇਣਾ ਹੈ ਬਿਜਲੀ ਦੇ ਮਸਲੇ ਸਾਰੀਆਂ ਅਕਾਲੀ ਦਲ ਦਾ ਹਵਾਈ ਅੱਡੇ ਐਮਜ ਵਰਗੇ ਵੱਡੇ ਵੱਡੇ ਹਸਪਤਾਲ ਇਹ ਸਾਰੀਆਂ ਚੀਜ਼ਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਦੇਣਾ ਰਾਜ ਭਾਗ ਦੇ ਕਰਦਿਆਂ ਮੈਨੂੰ ਲੱਗਦਾ ਕਿ ਤੇ ਗਲਤੀਆਂ ਵੀ ਜੇ ਹੋਈਆਂ ਤਾਂ ਉਹਦੇ ਲਈ ਵੀ ਸਾਨੂੰ ਮੰਨਣਾ ਚਾਹੀਦਾ ਜੇ ਕਿਤੇ ਗਲਤੀਆਂ ਹੋਈਆਂ ਸਾਨੂੰ ਉਹਨੂੰ ਮੰਨ ਕੇ ਸੰਗਤ ਦੇ ਅੱਗੇ ਰੱਖ ਦੇਣੀਆਂ ਚਾਹੀਦੀਆਂ ਉਹਦੇ ਲਈ ਸੰਗਤਾਂ ਤੋਂ ਖੇਮਾ ਵੀ ਮੰਗ ਲੈਣੀ ਚਾਹੀਦੀ ਕੋਈ ਮਾੜੀ ਗੱਲ ਨਹੀਂ ਹੁੰਦੀ ਇਹ ਵਿਖਤਾਂ ਤੁਰਿਆ ਜਾਣਾ ਪਵੇ ਵਿਖਨੇ ਤਾ ਆਪਦੇ ਨੇ ਨੀਤਾ ਰੁਕਣਾ ਨਹੀਂ ਹੈਗਾ ਸਮੇਂ ਨੇ ਤਾਂ ਤੁਰਿਆ ਜਾਣਾ ਕਿੰਨੇ ਲੋਕ ਆਏ ਆ ਪਹਿਲਾਂ ਕਿੰਨੇ ਗਏ ਆ ਅੱਗੇ ਉਹਨੂੰ ਵੀ ਕਿੰਨੇ ਆਉਣਗੇ ਕਿੰਨੇ ਹੋਰ ਜਾਣਗੇ ਜੀ ਤੇ ਤੁਸੀਂ ਐਕਟਿਵ ਪੋਲਿਟਿਕਸ ਤੋਂ ਪਾਸੇ ਹੋ ਰਹੇ ਮੈਂ ਹਲੇ ਤੱਕ ਵੇਖੋ ਹਲੇ ਤਾਂ ਹੁਣ ਸਾਡੇ ਤਾਂ ਸਾਨੂੰ ਲੋਕਾਂ ਨੇ ਪਾਸੇ ਕਰਤਾ ਅਸੀਂ ਕਿ ਪਾਸੇ ਆਉਣਾ ਸਾਨੂੰ ਤਾਂ ਲੋਕਾਂ ਨੇ ਪਾਸੇ ਕਰਤਾ ਜਦੋਂ ਲੋਕਾਂ ਨੇ ਬਲਕਾਰ ਸੇ ਉਹਨੂੰ ਚੁੜਤਾ ਤੇ ਕਾਂਗਰਸ ਦੀ ਦੂਜੇ ਨੰਬਰ ਦੀ ਡਿਊਟੀ ਐ اپੋਜੀਸ਼ਨ ਕਾਂਗਰਸ ਅਸੀਂ ਤੇ ਤੀਜੇ ਨੰਬਰ ਤੇ ਆਉਦੂ ਤੇ ਉਹ ਤਾਂ ਲੋਕਾਂ ਨੇ ਸਾਰ ਤਪਾਸੇ ਕੀਤਾ ਫਿਰ ਚੁੱਪ ਕਰਕੇ ਹਲੇ ਵੇਖਣ ਦਾ ਹੀ ਸਮਾਂ ਹੈਗਾ ਵੇਖ ਕੇ ਕੀ ਹੁੰਦਾ ਚੰਗਾ ਹੁੰਦਾ ਤਾਂ ਚੰਗਾ ਕਹੀਏ ਜੋ ਕਹਿ ਦੇਣਾ ਚਾਹੀਦਾ ਮੈਂ ਤਾਂ ਹੱਕ 'ਚ ਜੇ ਕੋਈ ਪਾਰਟੀ ਜਾਂ ਕੋਈ ਬੰਦਾ ਵੀ ਚੰਗਾ ਕੰਮ ਕਰਦਾ ਜੇ ਆਮ ਆਦਮੀ ਪਾਰਟੀ ਨਾਲ ਵੀ ਚੰਗਾ ਕੰਮ ਕਰੂਗੀ ਬਲਕਾਰ ਸਿੱਧੂ ਵੀ ਕੋਈ ਚੰਗੇ ਕੰਮ ਕਰੂਗਾ ਮੈਂ ਤੇ ਇਹਦਾ ਵੀ ਕਹਿ ਦੂੰਗਾ ਵੀ ਚੰਗਾ ਕੰਮ ਕਰ ਰਿਹਾ ਹੈ ਬਲਕਾਰ ਹੂੰ ਲੋਕਾ ਹੱਬ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਧੰ bawa lagi.